ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਲਾਈਵ। ਅੱਜ ਅਸੀਂ ਲਾਈਵ ਹਾਂ। ਤੁਸੀਂ ਸਾਨੂੰ ਇੰਨਾ ਸਮਰਥਨ ਦਿੱਤਾ ਹੈ ਸਾਡੀ ਇੰਟਰਵਿਊਜ਼ ਨੂੰ ਵੇਖਦੇ ਹਾਂ, ਸੋ ਅੱਜ ਅਸੀਂ ਸਾਡੀ ਆਡੀਅੰਸ ਨੂੰ ਆਪਣੇ ਨਾਲ ਜੋੜਿਆ ਹੈਗਾ। ਤੁਸੀਂ ਸਾਡੇ ਨਾਲ ਸੁਖਪਾਲ ਖਹਿਰਾ ਜੀ ਨੂੰ ਹੌਟ ਸੀਟ 'ਤੇ ਪਾਵਾਂਗੇ, ਇਹਨਾਂ ਨੂੰ ਕੁਝ ਇਹੋ ਜਿਹੇ ਸਵਾਲ ਪੁੱਛਾਂਗੇ। ਸਾਡੇ ਨਾਲ ਇਸ ਮੁਹਿੰਮ ਲਈ ਜੁੜਨ ਲਈ ਬਹੁਤ ਬਹੁਤ ਧੰਨਵਾਦ। ਹਾਂਜੀ, ਤੁਹਾਡਾ ਸ਼ੁਕਰੀਆ ਐਂਡ ਸਭ ਨੂੰ ਮੇਰੀ ਫਤਿਹ ਜੀ। ਜੋ ਮੇਰੀ ਅੱਜ ਦੀ ਜੋ ਟੋਪਿਕ ਹੈ, ਜੋ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਖਹਿਰਾ ਨੋਟ ਇਸ਼ੂਜ ਆਉਂਦੇ ਜਾਂਦੇ ਰਹਿੰਦੇ ਹੈ, ਸੁਖਪਾਲ ਖਹਿਰਾ ਕੌਣ ਹੈ? ਹੈਜ਼ ਹੀ ਬਿਕਮ ਦ ਰਿਬੈਲ ਵਿਦਆਊਟ ਅ ਕੌਜ਼, ਜੋ ਕ੍ਰਾਂਤੀਕਾਰੀ ਜਿਸ ਦਾ ਕੋਈ ਟੀਚਾ ਨਹੀਂ ਰਹਿ ਗਿਆ, ਉਸ ਸਥਿਤੀ ਵਿੱਚ ਆ ਚੁੱਕੀਆਂ ਸੀ ਅੱਜ ਕਿ ਨਹੀਂ ਨਹੀਂ ਰਿਬੈਲ ਜਦੋਂ ਕੋਈ ਆਦਮੀ ਰਿਬੈਲ ਕਰਦਾ ਸਿਸਟਮ ਦੇ, ਕੌਜ਼ ਤਾਂ ਸਾਹਮਣੇ ਨਜ਼ਰ ਹੀ ਆ। ਪੰਜਾਬ ਦਾ ਕੌਜ਼ ਤਾਂ ਬਹੁਤ ਵੱਡਾ ਖੜਾ, ਇਨਫੈਕਟ ਕੌਜ਼ ਹਰ ਐਕਸ਼ਨ ਜਾਂ ਹਰ ਸਰਕਾਰ ਦੀ ਗਲਤੀ ਨਾਲ ਵੱਡਾ ਹੋਈ ਜਾਂਦਾ। ਆ ਪਿਛਲੇ ਐਂ ਕਰੋ, ਲੋਕ ਸਭਾ ਤੋਂ ਬਾਅਦ ਹੀ ਐਨਾਲਾਈਜ਼ ਕਰ ਲਓ ਤੁਸੀਂ ਲੋਕ ਸਭਾ 'ਤੇ। ਮੈਨੂੰ ਮੈਂ ਇਸ ਲਈ ਪੁੱਛ ਰਹੀ ਹਾਂ ਕਿੱਥੋਂ ਮੈਂ ਮੈਨੂੰ ਵੀ ਜੇ ਤੁਸੀਂ ਬਠਿੰਡਾ ਲੜਨ ਗਏ ਤੋਂ ਬਿਕੋਜ਼ ਸੋਸ਼ਲ ਮੀਡੀਆ 'ਚ ਲਾਉਂਦੇ ਹਾਂ, ਤੁਹਾਡੀ ਇੱਥੇ ਇੰਨਾ ਪਿਆਰ ਵਾ ਤੁਹਾਡੇ ਵੱਲ ਦੇਖਦੇ ਹਾਂ, ਜਦ ਰਿਜ਼ਲਟ ਆਇਆ ਜਿੰਨਾ ਸ਼ੌਕ ਤੁਹਾਨੂੰ ਲੱਗਿਆ ਸ਼ਾਇਦ ਉਹਨਾਂ ਮੈਨੂੰ ਵੀ ਲੱਗਿਆ ਕਿ ਇਹ ਅੰਦਾਜ਼ੇ ਬਹੁਤ ਗਲਤ ਸੀ। ਸੋ ਮੈਂ ਇਸ ਲਈ ਪੁੱਛ ਰਹੀ ਹਾਂ ਕਿਉਂਕਿ ਲੋਕਾਂ ਨੇ ਤੁਹਾਨੂੰ ਉਹ ਸਮਰਥਨ ਨਹੀਂ ਦਿੱਤਾ ਜੋ ਤੁਸੀਂ ਵੀ ਉਮੀਦ ਰੱਖਦੇ ਹੋਵੋਗੇ। ਜ਼ਰੂਰ ਕਿਤੇ ਨਿਰਾਸ਼ਾ, ਬਿਕੋਜ਼ ਤੁਹਾਡਾ ਪਹਿਲੀ ਸਟੇਟਮੈਂਟ ਹੀ ਆਈ ਸੀ ਕਿ ਮੇ ਬੀ ਮੈਂ ਐਕਟਿਵ ਪੋਲੀਟਿਕਸ ਲਈ ਐਕਟਿਵ ਨੇ ਇਲੈਕਟੋਰਲ ਇਲੈਕਟੋਰਲ ਚੋਣ ਪ੍ਰਣਾਲੀ ਨਹੀਂ ਮੈਂ ਫਿੱਟ ਹਾਂ ਕਿ ਨਹੀਂ, ਕਿਉਂਕਿ ਜਿਹੜਾ ਬਠਿੰਡਾ ਦੇ ਇਲੈਕਸ਼ਨ ਹੈ, ਮੈਂ ਤੁਸੀਂ ਅਗਰ ਸੋਸ਼ਲ ਮੀਡੀਆ 'ਤੇ ਵਾਚ ਫੋਲੋ ਕੀਤਾ ਸੀਗਾ, ਮੈਂ ਬਿਲਕੁਲ ਇਸ਼ੂ ਬੇਸਡ ਕੈਂਪੇਨ ਰੱਖਿਆ ਸੀਗਾ। ਔਰ ਇਹ ਨਹੀਂ ਕਿ ਉੱਥੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ, ਬਹੁਤ ਵੱਡੀਆਂ ਮੀਟਿੰਗਸ ਹੋਈਆਂ ਔਰ ਜਿੰਨੀਆਂ ਕਾਂਗਰਸ ਦੀਆਂ ਜਾਂ ਅਕਾਲੀ ਦਲ ਤਾਂ ਖੈਰ ਮੀਟਿੰਗਾਂ ਕਰ ਹੀ ਨਹੀਂ ਪਾਇਆ, ਜਿੰਨੀ ਕਾਂਗਰਸ ਦੀ ਕੈਂਪੇਨ ਅੱਛੀ ਚੱਲ ਰਹੀ ਸੀਗੀ ਜਾਂ ਪਿੰਡ ਪੱਧਰ ਦੀਆਂ ਮੀਟਿੰਗ ਸੀ, ਉਹਨੇ ਮੇਰੇ ਵੀ ਇਕੱਠ ਹੋ ਰਹੇ ਸੀ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਖੀਰ ਦੇ ਵਿੱਚ ਆਣ ਕੇ ਲਾਸਟ ਜਿਹੜੇ ਕੈਂਪੇਨ ਦਾ ਅਖੀਰਲਾ ਜਿਹੜਾ ਪੜਾਅ ਹੁੰਦਾ ਜੀ, ਸ਼ਾਇਦ ਹੋ ਸਕਦਾ ਵਾ ਵੋਟਰ ਨੇ ਦੇਖਿਆ ਹੋਵੇ ਕਿ ਅਸੀਂ ਜੇ 3-4 ਥਾਂ 'ਤੇ ਵੋਟ ਪਾਵਾਂਗੇ ਤਾਂ ਕਿਤੇ ਹਰਸਿਮਰਤ ਕੌਰ ਬਾਦਲ ਜਿੱਤ ਨਾ ਜਾਵੇ। ਪੋਸੀਬਲੀ ਕਾਂਗਰਸ ਨੂੰ ਲਾਸਟ ਮਿੰਟ ਜਿਹੜੀ ਸਾਰੀ ਵੋਟ ਲੋਕ ਸਟਾਕ ਪੈਰਲ ਸ਼ਿਫਟ ਹੋਈ ਨਜ਼ਰ ਆ ਰਹੀ। ਇੱਕ ਤਾਂ ਇਹ ਸਾਦਾ ਜਿਹਾ ਕਾਰਨ, ਬਿਕੋਜ਼ ਐਡੇ ਵੱਡੇ ਪੱਧਰ 'ਤੇ ਤੁਹਾਡੇ ਨਾਲ ਪਿੰਡਾਂ 'ਚ ਮੀਟਿੰਗਾਂ ਆ ਕੇ ਇੰਨੇ ਜੋਸ਼ ਨਾਲ ਤੁਹਾਡੇ ਨਾਲ ਪਾਰਟੀਸਪੇਟ ਕਰਕੇ ਕੈਂਸਰ ਦੀਆਂ, ਐਜੂਕੇਸ਼ਨ, ਹੈਲਥ ਕੇਅਰ ਦੀਆਂ ਗੱਲਾਂ, ਬੇਰੁਜ਼ਗਾਰੀ ਦੀਆਂ ਗੱਲਾਂ, ਨਸ਼ੇ ਦੀਆਂ ਗੱਲਾਂ ਸਾਂਝੀਆਂ ਕਰਕੇ, ਔਰ ਉਹ ਮੇਰੇ ਨਾਲ ਇੱਦਾਂ ਸੀਗਾ ਕਿ ਐ ਨਹੀਂ ਕਿ ਮੈਂ ਇਕੱਲਾ ਤਕਰੀਰ ਕਰਕੇ ਭੱਜ ਜਾਂਦਾ ਸੀਗਾ, ਉਹ ਮੇਰੇ ਨਾਲ ਇੰਟਰੈਕਟਿਵ ਕਰਾਊਡ ਸੀਗਾ। ਸੋ ਇਹ ਬਠਿੰਡਾ ਜਿਹੜਾ ਹੈ ਰਿਜ਼ਲਟ ਆਫਕੋਰਸ ਮੇਰੇ ਲਈ ਸ਼ੌਕਿੰਗ ਹੈਗਾ ਵਾ ਐਂਡ ਮੇਰੇ ਲਈ ਇੱਕ ਲੈਸਨ ਵੀ ਹੈ ਇਨ ਫਿਊਚਰ। ਪਰ ਜੇ ਆਪਾਂ ਕਹਿ ਦਈਏ ਕਿ ਰੈਬਲ ਵਿਦਆਊਟ ਅ ਕੌਜ਼, ਬਿਕੋਜ਼ ਯੂ ਨੋ ਕੌਜ਼, ਹੁਣ ਤੁਸੀਂ ਆਹ ਦੇਖੋ ਲੋਕ ਸਭਾ ਦੀ ਇਲੈਕਸ਼ਨ ਖਤਮ ਹੋ ਗਈ, ਕੈਪਟਨ ਅਮਰਿੰਦਰ ਸਿੰਘ 8 ਸੀਟਾਂ ਜਿੱਤ ਕੇ ਆਰਾਮ ਨਾਲ ਮਸਤ ਹੋ ਕੇ ਬੈਠ ਕੇ, ਨਾ ਉਹ ਜਸਪਾਲ ਸਿੰਘ ਦੇ ਕਤਲ 'ਤੇ ਬੋਲੇ, ਕਸਟੋਡੀਅਲ ਡੈਥ ਹੋਈ ਉਹਦੇ 'ਚ, ਪੁਲਿਸ ਨੇ ਅੱਜ ਤੱਕ ਲਾਸ਼ ਨਹੀਂ ਦਿੱਤੀ, ਨਾ ਉਹ ਫਤਿਹਵੀਰ ਵਾਲੇ ਇਸ਼ੂ ਦੇ ਉੱਤੇ ਸਿਰਫ ਇੱਕ ਟਵੀਟ ਕੀਤਾ 6ਵੇਂ ਦਿਨ ਦੇ ਉੱਤੇ। ਆਹ ਕੱਲ੍ਹ ਮੁਕਤਸਰ ਦੇ ਵਿੱਚ ਬੇਤਹਾਸ਼ਾ ਇੱਕ ਔਰਤ ਨੂੰ ਸ਼ਰੇਆਮ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਿਆ, ਕਿਸ ਤਰ੍ਹਾਂ ਮੁਕਤਸਰ ਦਾ ਇੱਕ ਕਾਂਗਰਸ ਦਾ MC ਕੁੱਟ ਕਟਾਪਾ ਕਰ। ਅੱਛਾ, ਚੰਦ ਦਿਨ ਪਹਿਲਾਂ ਮੈਂ ਪਾਣੀਆਂ ਦਾ ਇਸ਼ੂ ਉਠਾਇਆ, ਜਿੰਨਾ ਪੰਜਾਬ ਦਾ ਦਰਿਆਵਾਂ ਦਾ ਪਾਣੀ ਆ ਜਿਹੜਾ ਸਾਡਾ ਇਸ ਵਕਤ ਸਾਰੇ ਭਾਖੜਾ ਦੇ ਰਿਜ਼ਰਵਾਇਰ ਵਿੱਚ, ਰਣਜੀਤ ਸਾਗਰ ਡੈਮ ਦੇ ਵਿੱਚ, ਪੌਂਗ ਡੈਮ ਦੇ ਵਿੱਚ, ਉਹ ਸਾਰਾ ਪਾਕਿਸਤਾਨ ਨੂੰ ਚਲੇ ਗਿਆ ਵਾ ਇਹਨਾਂ ਦਿਨਾਂ, ਜਦਕਿ ਪੰਜਾਬ ਦਾ ਕਿਸਾਨ ਅਤੇ ਪੰਜਾਬ ਦੇ ਲੋਕ ਤਰਸ ਰਹੇ ਨੇ। ਲੁੱਕ ਐਟ ਦੀ ਇਸ਼ੂਜ਼ ਅਤੇ ਪੰਜਾਬ ਦੀ ਸਰਕਾਰ ਦਾ ਰਵੱਈਆ ਦੇਖ ਲਓ ਕਿੱਧਰ ਨੂੰ ਜਾ ਰਿਹਾ ਹੈਗਾ। ਮੈਂ ਇੱਥੇ ਆਉਂਦੀ ਹਾਂ, ਤੁਸੀਂ ਮੁੱਦੇ ਚੁੱਕ ਰਹੇ ਹੋ, ਮੁੱਦੇ ਬਦਲੀ ਜਾ ਰਹੇ ਨੇ, ਮੁੱਦੇ ਰਿਜ਼ੋਲਵ ਨਹੀਂ ਹੋ ਰਹੇ। ਤੁਸੀਂ ਜੇ ਲੋਕਾਂ ਵਿੱਚ ਗਏ ਹੋ, ਜੇ ਤੁਸੀਂ ਕਹਿੰਦੇ ਹੋ ਕਿ ਹਾਂ ਬਲੋਕ ਵਿੱਚ ਕਾਂਗਰਸ ਨੂੰ ਵੋਟ ਕੀ ਹੈ, ਤੁਹਾਡੀ ਇੱਕ ਵਕਤ 'ਤੇ ਪ੍ਰੋਫੈਸਰ ਬਲਜਿੰਦਰ ਕੌਰ ਤੁਹਾਡੇ ਸਟੂਡੈਂਟ ਰਹੇ ਹੋਣੇ, ਮਤਲਬ ਇਨ ਦਾ ਸੈਂਸ ਪੋਲੀਟਿਕਸ ਤੁਸੀਂ ਉਹਨਾਂ ਨੂੰ ਲੈ ਕੇ ਆਏ ਹੋ, ਉਹਨਾਂ ਦੀ ਪਰਫਾਰਮੈਂਸ ਬਹੁਤ ਬਿਹਤਰੀਨ ਰਹੀ ਤੁਹਾਡੇ ਤੋਂ। ਸੋ ਉਹ ਤੋਂ ਮਤਲਬ ਇੱਕ ਅੰਜ ਸਿੰਘ ਕਿ ਕਿੱਥੇ ਤੁਸੀਂ ਲੋਕਾਂ ਨੂੰ ਇਹ ਸਮਝਾ ਨਹੀਂ ਪਾ ਰਹੇ ਤੁਹਾਡਾ ਮੁੱਦਾ ਕੀ? ਬਿਕੋਜ਼ ਰਿਬੈਲ ਮੈਂ ਇਸ ਲਈ ਕਹਿ ਰਹੀ ਹਾਂ ਕਿ ਜਦ ਅਕਾਲੀ ਦਲ ਸਰਕਾਰ ਸੀ ਤੁਸੀਂ ਉਹਨਾਂ ਬਾਰੇ ਬੋਲਦੇ ਸੀ, ਕੀ ਸਰਕਾਰ ਦੇ ਵਿਰੁੱਧ ਬੋਲਣਾ ਹੀ ਇੱਕ ਆਦਤ ਬਣ ਗਈ ਹੈ ਮੁੱਦਾ ਰੱਖ ਲਈ? ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੱਕੇ ਤੌਰ 'ਤੇ ਓਪੋਜੀਸ਼ਨ 'ਚ ਆ ਗਏ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਅਸੀਂ ਆਉਣ ਵਾਲੇ ਸਮੇਂ 'ਚ ਟਰਾਈ ਕਰਾਂਗੇ ਕਿ ਪੰਜਾਬ ਨੂੰ ਇੱਕ ਤੀਸਰੇ ਪੱਖ ਦੀ ਵੀ ਸਰਕਾਰ ਮਿਲ ਜੇ, ਇੱਕ ਵਾਰ ਲੋਕ ਉਹ ਵੀ ਸਰਕਾਰ ਦੇਖ ਲੈਣ ਜਿਹੜੀ ਕਲੇਮ ਕਰਦੀ ਆ ਕਿ ਅਸੀਂ ਪੰਜਾਬ ਲਈ ਸੁਹਿਰਦ ਹਾਂ, ਪੰਜਾਬ ਦੇ ਇਸ਼ੂਜ਼ ਨੂੰ ਅਸੀਂ ਰਿਜ਼ੋਲਵ ਕਰਾਂਗੇ, ਪੰਜਾਬ 'ਚ ਨਸ਼ੇ ਖਤਮ ਕਰਾਂਗੇ, ਬੇਰੁਜ਼ਗਾਰੀ ਨੂੰ ਯਤਨ, ਔਰ ਸਾਫ਼ ਸੁਥਰੀ ਪੋਲੀਟਿਕਸ ਦੀ ਗੱਲ, ਇਹ ਮਨਪ੍ਰੀਤ ਬਾਦਲ ਨੇ ਸ਼ੁਰੂਆਤ ਕੀਤੀ ਸੀ, ਨਹੀਂ ਪਾਸ ਹੋਇਆ। ਕੇਜਰੀਵਾਲ ਨੇ ਕੋਸ਼ਿਸ਼ ਕੀਤੀ, ਨਹੀਂ ਪਾਸ ਹੋਇਆ। ਅਸੀਂ ਕਰ ਰਹੇ ਹਾਂ ਕੋਸ਼ਿਸ਼, ਇੱਕ ਵਾਰ ਸਾਨੂੰ 2019 ਸੈਟਬੈਕ ਮਿਲੀ ਆ, ਉਹਦੇ 'ਚ ਮੈਂ ਇੱਕ ਦੋ ਕਾਰਨ ਕਹਿ ਦੇਣਾ ਕਿ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਸੀ ਅਸੀਂ,
ਹੋ ਸਕਦਾ ਕਿ ਬਹੁਤ ਥੋੜਾ ਸਮਾਂ ਮਿਲਿਆ ਸਾਨੂੰ, ਆਈ ਥਿੰਕ 15-20 ਦਿਨ ਪਹਿਲਾਂ ਇਲੈਕਸ਼ਨ ਤੋਂ ਇਹ ਕੈਂਪ ਸਾਡਾ ਅਲਾਇੰਸ ਆਇਆ। ਜੀ ਮੈਂ ਸਿਰਫ ਕਈ ਜਿੱਥੇ ਖਡੂਰ ਸਾਹਿਬ ਦੀ ਸੀਟ ਹੈ ਉੱਥੇ ਉਹ ਬਿਲਕੁਲ ਐਨ ਮੌਕੇ 'ਤੇ ਆਏ ਸੀਗੇ, ਪਰ ਜਿਵੇਂ ਡਾਕਟਰ ਗਾਂਧੀ ਰਹੇ ਨੇ ਜਾਂ ਤੁਸੀਂ ਰਹੇ ਹੋ ਜਾਂ ਬੈਂਸ ਰਹੇ ਨੇ ਲੁਧਿਆਣਾ ਤੋਂ, ਤੁਸੀਂ ਲੋਕਾਂ ਵਿੱਚ ਹਮੇਸ਼ਾ ਤੋਂ ਰਹੇ ਹੋ। ਸੋ ਇਹ ਨਹੀਂ ਕਿ ਭਾਵੇਂ ਜਿਵੇਂ ਭਗਵੰਤ ਮਾਨ ਭਾਵੇਂ ਆਪ ਖਤਮ ਹੋ ਗਈ, ਉਹਨਾਂ ਦਾ ਆਪਣਾ ਜੋ ਲੋਕਾਂ ਵਿੱਚ ਆਪਣੀ ਜੋ ਜਗ੍ਹਾ ਉਹ ਬਣੀ ਹੈ ਉਹ ਬਰਕਰਾਰ ਰਹੀ ਹੈ। ਕਿੱਥੇ ਤੱਕ ਤਾਂ ਇਹ ਇਲਜ਼ਾਮ ਵੀ ਬੜੇ ਉੱਠ ਕੇ ਆਏ ਨੇ ਕਿ ਤੁਹਾਡਾ ਬਠਿੰਡਾ ਜਾਣ ਦਾ ਮਤਲਬ ਕੀ ਸੀਗਾ ਤੁਸੀਂ, ਕਿ ਯੂ ਨੋ ਇੱਕ ਸਿਰਫ ਵੋਟ ਬੈਂਕ ਪੋਲੀਟਿਕਸ ਇਨ ਦਾ ਸੈਂਸ ਕਿ ਕਿਸੀ ਇਹ ਵੀ ਇਕਦਮ ਲਾਏਗੀ ਕਿ ਹਾਂਜੀ ਇਹ ਤਾਂ ਅਕਾਲੀ ਦਲ ਜਿਤਾਣ ਲਿਆ ਹੈ ਉਹਦੇ ਬੀ ਟੀਮ ਦਾ, ਜੋ ਅੱਜ ਤੱਕ ਕਦੇ ਕਦੇ ਇਲਜ਼ਾਮ ਨਹੀਂ ਲੱਗਿਆ ਸੀ ਇਹ ਵੀ ਲੱਗਣੇ ਸ਼ੁਰੂ ਹੋ ਗਏ ਕਿ ਬੀ ਟੀਮ ਲਿਆ ਹੈ। ਸੋ ਉੱਥੇ ਇੱਕ ਇੱਕ ਉਸ ਹਾਰ ਤੋਂ ਤੁਸੀਂ ਕੀ ਸਿੱਖਿਆ, ਕਿਉਂਕਿ ਇੱਕ ਇੱਕ ਕਰਕੇ ਜਵਾਬ ਦਿੰਦਾ। ਪਹਿਲਾਂ ਤੁਸੀਂ ਬਲਜਿੰਦਰ ਕੌਰ ਦਾ ਪੁੱਛਿਆ, ਮੈਨੂੰ ਲੱਗਦਾ ਵਾ ਕਿ ਜਿਹੜਾ ਸਾਡਾ ਇਲੈਕਸ਼ਨ ਸਿੰਬਲ ਮੈਨੂੰ ਮਿਲਿਆ ਉਹ 2 ਮਈ ਨੂੰ ਸਿੰਬਲ ਮਿਲਿਆ ਅਤੇ 17 ਤਰੀਕ ਨੂੰ ਕੈਂਪੇਨ ਬੰਦ ਸੀਗਾ। ਮੈਂ ਜਿਹੜਾ ਇਲੈਕਸ਼ਨ ਸਿੰਬਲ ਸੀ ਚਾਬੀ, ਉਹ 16 ਲੱਖ ਵੋਟਰ ਤੱਕ ਪ੍ਰੋਬੇਬਲੀ ਮੈਂ ਪਹੁੰਚਾ ਨਹੀਂ ਸਕਿਆ। ਕਿਤੇ ਇਹ ਵੀ ਹੋ ਸਕਦਾ ਲੋਕਾਂ ਦੇ ਮਨ ਵਿੱਚ, ਕਿਉਂਕਿ ਮੈਂ ਆਮ ਆਦਮੀ ਪਾਰਟੀ ਨਾਲ ਹੀ ਡਿਫਾਈਨਡ ਸੀ, ਉਹਦੇ ਨਾਲ ਹੀ ਪੋਲੀਟੀਕਲੀ ਪਿਛਲੇ 1.5-2 ਸਾਲ ਤੋਂ ਐਜ਼ ਲੀਡਰ ਆਫ ਓਪੋਜੀਸ਼ਨ ਕੰਮ ਕਰ ਰਿਹਾ ਸੀਗਾ। ਇਹ ਵੀ ਲੋਕਾਂ ਨੇ ਉੱਥੇ ਬਹੁਤ ਕਿਹਾ ਕਿ ਅਸੀਂ ਤਾਂ ਪਾਏ ਖੈਰੇ ਨੂੰ ਵੋਟ, ਪਹਿਲਾਂ ਵੀ ਝਾੜੂ ਨੂੰ ਪਾਈ ਸੀ ਹੁਣ ਵੀ ਖੈਰੇ ਨੂੰ ਪਾਈ ਆ। ਸੋ ਹੋ ਸਕਦਾ ਵਾ ਕਿ ਇੱਕ ਇਹ ਵੀ ਕਾਰਨ। ਬਾਕੀ ਮੈਂ ਇਸ ਦੀ ਇਸ ਡਿਫੀਟ ਨੂੰ ਨਿਗੇਟ ਨਹੀਂ ਕਰਦਾ, ਮੈਂ ਇਹਦੇ ਮੈਂਡੇਟ ਨੂੰ ਸਿਰ ਮੱਥੇ 'ਤੇ ਕਹਿੰਦਾ। ਦੂਜਾ ਤੁਸੀਂ ਕਹਿੰਦੇ ਕਿ ਮੇਰੇ 'ਤੇ ਇਲਜ਼ਾਮ ਲੱਗ ਰਹੇ, ਦੇਖੋ ਨਿਮਰਤ ਹਰ ਇੱਕ ਆਦਮੀ ਦੀ ਆਪਣੀ ਆਪਣੀ ਛਵੀ ਹੁੰਦੀ ਲੋਕਾਂ ਦੇ ਵਿੱਚ। ਮੈਂ ਪਿਛਲੇ 10 ਸਾਲ ਜਦੋਂ ਅਕਾਲੀ ਦਲ ਦਾ ਰਾਜ ਸੀਗਾ, ਹੁਣ ਮੈਨੂੰ ਕਹਿ ਰਹੇ ਨਾ ਅਕਾਲੀਆਂ ਨਾਲ ਕਨਾਈਵ ਕੀਤਾ, ਅਕਾਲੀ ਦਲ ਦੇ ਖਿਲਾਫ਼ ਕਿਹੜਾ ਕਾਂਗਰਸ ਦਾ ਲੀਡਰ ਲੜਿਆ? ਨਾ ਪੱਠਲ ਲੜੀ, ਨਾ ਕੈਪਟਨ ਅਮਰਿੰਦਰ ਸਿੰਘ ਲੜਿਆ। ਇਹ ਤਾਂ ਪਹਾੜਾਂ 'ਤੇ ਚੜ ਜਾਂਦੇ ਸੀ, 4.5 ਸਾਲ ਉੱਤਰਦੇ ਸੀ ਪ੍ਰਧਾਨ ਬਣ ਕੇ ਆ ਜਾਣਾ, ਟਰਾਈ ਕਰਨਾ। 2007 'ਚ ਟਰਾਈ ਕੀਤਾ, ਨਹੀਂ ਬਣ ਸਕੇ, ਚੀਫ ਮਿਨਿਸਟਰ ਵਾਪਸ ਫਿਰ ਚਲੇ ਗਏ। ਨਾ ਕੋਈ ਰਾਜਾ ਵੜਿੰਗ ਲੜਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਸਾਰਾ ਤੁਹਾਡਾ ਮੀਡੀਆ ਉੱਤੇ ਗੈਲਰੀ ਬਣੀ ਬਹੁਤ ਵੱਡੀ ਵਿਧਾਨ ਸਭਾ, ਸਾਰੇ ਦੇਖਦੇ ਰਹੇ ਨੇ। ਔਰ ਮੇਰੇ 'ਤੇ 6 ਜਿਹੜੇ ਪੋਲੀਟੀਕਲ ਵਿੰਡੇਟਾ ਦੇ ਕੇਸਿਸ ਵੀ ਦਰਜ ਹੋਏ। ਚਲੋ ਇਹ ਹੋ ਗਿਆ ਅਕਾਲੀਆਂ ਨਾਲ ਲੜਾਈ, ਫਿਰ ਬਾਅਦ 'ਚ ਅਮਰਿੰਦਰ ਸਿੰਘ ਦੀ ਗਵਰਨਮੈਂਟ ਆ ਗਈ। ਹੁਣ ਅਮਰਿੰਦਰ ਸਿੰਘ ਦੇ ਖਿਲਾਫ਼ ਜਦੋਂ ਰਾਣੇ ਗੁਰਜੀਤ ਦਾ ਮਸਲਾ ਉੱਠਿਆ, ਯੂ ਟੈਲ ਮੀ ਕਿਹੜਾ ਅਕਾਲੀ ਲੜਿਆ ਉਹਨਾਂ ਦੇ ਨਾਲ? ਕਿੱਥੇ ਸੀ ਸੁਖਬੀਰ ਸਿੰਘ ਬਾਦਲ, ਕਿੱਥੇ ਹਰਸਿਮਰਤ ਕੌਰ ਬਾਦਲ ਸੀਗੇ? ਕਿੱਥੇ ਉਹ ਕਰਪਸ਼ਨ ਦੇ ਇਸ਼ੂ 'ਤੇ ਲੜੇ? ਕੋਈ ਨਹੀਂ। ਨਾ ਮਾਈਨਿੰਗ ਦੇ ਇਸ਼ੂ ਦੇ ਉੱਤੇ ਲੜੇ, ਨਾ ਉਹ ਡਰੱਗਸ ਦੇ। ਅਸਲ 'ਚ ਕਹਾਣੀ ਇਹ ਆ ਕਿ ਇਹ ਰਵਾਇਤੀ ਪਾਰਟੀਆਂ ਨੇ, ਇਹਨਾਂ ਦੇ ਕੋਲ 8-8, 9-9 ਸਰਕਾਰਾਂ ਇਹਨਾਂ ਨੇ ਬਣਾਈਆਂ ਨੇ। ਦੇ ਹੈਵ ਵੈਰੀ ਪਾਵਰਫੁਲ ਵੋਟ ਯੂ ਨੋ ਬੈਂਕਸ, ਜਿਹੜਾ ਇਹਨਾਂ ਦਾ ਵੋਟ ਬੈਂਕ ਹੈ ਨਾ, ਪੱਕਾ ਠੱਕਾ ਬਣਿਆ ਹੋਇਆ। 32-33-34 ਪੈਸੇ ਕਾਂਗਰਸ ਦਾ ਪੱਕਾ ਰਹਿੰਦਾ ਐਟ ਦੀ ਲੋਐਸਟ ਲੈਵਲ ਆਲਸੋ। ਅਕਾਲੀ ਦਲ ਹੁਣ ਡਿੱਗਿਆ ਬਹੁਤ ਬੁਰੀ ਤਰ੍ਹਾਂ ਨਾਲ, ਅਕਾਲੀ ਦਲ ਨੂੰ ਬਹੁਤ ਭਾਰੀ ਨੁਕਸਾਨ ਹੋਇਆ, ਇਟਸ ਕਮ ਡਾਊਨ ਟੂ ਅਬਾਊਟ 25-26%। ਪਰ ਫਿਰ ਵੀ ਤੁਸੀਂ ਦੇਖ ਲਓ ਕਿ ਇੰਡੀਆਂ ਵੱਡੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਦਾ ਗੋਲੀਕਾਂਡ, ਸ਼ਰੇਆਮ ਕਰਪਸ਼ਨ, ਫਿਰ ਵੀ 25-26% ਵੋਟ ਅਕਾਲੀ ਦਲ ਨੂੰ ਪੈ ਰਹੀ ਹੈ। ਸੋ ਕਿਤੇ ਨਾ ਕਿਤੇ ਲੋਕਾਂ ਦਾ ਫਤਵਾ ਹੈ ਨਾ, ਉਹੀ ਮੈਂ ਕਹਿ ਰਿਹਾ, ਉਸ ਨੂੰ ਅਸੀਂ ਰਿਸਪੈਕਟ ਕਰਦੇ, ਇਸੇ ਨੂੰ ਤਾਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ। ਹੁਣ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਪਹਿਲੇ ਅਟੈਂਪਟ 'ਚ 15-18 ਦਿਨ ਪਹਿਲਾਂ ਬਣਿਆ, ਵੱਧ ਤੋਂ ਵੱਧ 20-25 ਦਿਨ ਮਹੀਨਾ ਇਲੈਕਸ਼ਨ ਤੋਂ ਪਹਿਲਾਂ, ਅਸੀਂ 11.7% ਵੋਟ ਹੁਣ ਵੀ ਲੈ ਗਏ। ਜਿਹੜਾ ਆਮ ਆਦਮੀ ਪਾਰਟੀ ਤੁਸੀਂ ਕਹਿ ਰਹੇ ਹਾਂ, ਆਮ ਆਦਮੀ ਪਾਰਟੀ ਨੂੰ ਐਕਚੁਅਲੀ ਐਨਾਲਾਈਜ਼ ਕਰੀਏ ਤਾਂ ਉਹਦੇ 'ਚ 4.5 ਲੱਖ ਵੋਟ ਤਾਂ ਇਕੱਲੇ ਜਿਹੜੀ ਸ਼ਾਇਦ ਉਹਨਾਂ ਨੂੰ 10 ਲੱਖ ਵੋਟ ਪਈ ਹੈ, 4.5 ਲੱਖ ਵੋਟ ਤਾਂ ਇਕੱਲੇ ਭਗਵੰਤ ਮਾਨ ਦੀ ਹੈ। ਭਗਵੰਤ ਮਾਨ ਦੀ ਵਿਕਟਰੀ ਨੂੰ ਮੈਂ ਇਹ ਕਹੂੰਗਾ ਕਿ ਇਹ ਉਹਦੀ ਪਰਸਨਲ ਵਿਕਟਰੀ, ਉਹਦੇ 'ਚ ਝਾੜੂ ਦੀ ਵੋਟ ਹੈ, ਨੋ ਡਾਊਟ, ਪਰ ਉਹਦੇ 'ਚ ਮੈਜੋਰਿਟੀ ਚੰਕ ਜਿਹੜਾ ਭਗਵੰਤ ਮਾਨ ਦਾ, ਕਿ ਉਹਨਾਂ ਨੇ ਆਪਣਾ ਜੋ ਕਿਰਦਾਰ ਹੈ ਉਹ ਬਣਾਈ ਰੱਖਿਆ ਹੈਗਾ। ਜੇ ਤੁਸੀਂ ਪ੍ਰੋਫੈਸਰ ਬਲਜਿੰਦਰ ਕੌਰ ਦੀ ਗੱਲ ਕਰਦੇ ਹੋ ਕਿ ਉਹਨਾਂ ਨੂੰ ਝਾੜੂ ਦਾ ਅਸਰ ਪਿਆ, ਅਸੀਂ ਉਹ ਇਫੈਕਟ ਪਟਿਆਲਾ ਵਿੱਚ ਨਹੀਂ ਵੇਖਿਆ, ਬਿਕੋਜ਼ ਜਿਹੜੀ ਨੀਨਾ ਮਿੱਤਲ ਖੜੇ ਸੀ ਉਹਨਾਂ ਨੂੰ ਕੁਛ ਉੱਥੇ ਖਾਸ ਵੋਟਾਂ ਨਹੀਂ ਪਈਆਂ। ਸੋ ਜਿਹੜੇ ਲੋਕ ਜੁੜੇ ਸੀ ਉਹ ਜਾਗਰੂਕ ਸੀਗੇ ਕਿ ਮੇ ਬੀ 10-20% ਦਾ ਇੰਨਾ ਵੱਡਾ ਫਾਸਲਾ ਨਹੀਂ ਹੋ ਸਕਦਾ। ਠੀਕ ਹੈ ਗੱਲ, ਕਿ ਮੈਂ ਉਹਨੂੰ ਜਸਟੀਫਾਈ ਨਹੀਂ ਕਰਨਾ ਚਾਹੁੰਦਾ। ਨੋ ਨੋ ਆਈ ਨੋ, ਬਟ ਮੈਂ ਮੇ ਬੀ ਇਨ ਅ ਵੇ ਆਈ ਵਾਂਟ ਟੂ ਅੰਡਰਸਟੈਂਡ, ਬਿਕੋਜ਼ ਅਸੀਂ ਆਉਣ ਵਾਲੇ ਸਮੇਂ ਵਿੱਚ ਵੇਖ ਰਹੇ ਹਾਂ ਕਿ ਜਿਵੇਂ ਤੁਸੀਂ 3ਜਾ ਫਰੰਟ ਕਹਿ ਰਹੇ ਹੋ, ਜੇ ਤੁਸੀਂ ਅੱਜ ਕਾਂਗਰਸ ਵਿੱਚ ਹੁੰਦੇ ਤਾਂ ਗੱਲ ਹੋਰ ਹੁੰਦੀ, ਮੇ ਬੀ ਵੀ ਵੁੱਡ ਹੈਵ ਸੀਨ ਕਿ ਆਹ ਫਿਊਚਰ ਸੰਭਾਲਣ ਵਾਲਾ। ਅੱਜ ਤੁਸੀਂ ਆਈ ਨੂੰ ਅੱਜ ਵੀ ਰਿਲਾਈਜ਼ ਕਰਦੇ ਹੋ ਕਿ ਕਾਂਗਰਸ ਨੂੰ ਛੱਡਣਾ ਸ਼ਾਇਦ ਇੰਨਾ ਠੀਕ ਫੈਸਲਾ ਨਹੀਂ ਸੀ ਆਪ ਵੱਲਾ ਕੇ ਆਪਣੀ ਪਾਰਟੀ ਨੂੰ ਛੱਡ ਕੇ, ਬਿਕੋਜ਼ ਅੱਜ ਤੁਹਾਡੀ ਥਾਂ 'ਤੇ ਜਿਹੜੇ ਲੋਕ ਆ ਰਹੇ ਨੇ ਉਹ ਕਾਂਗਰਸ 'ਤੇ ਨਹੀਂ ਹੋਣਗੇ। ਨਹੀਂ ਇਹ ਨਹੀਂ, ਮੈਂ ਹੁਣ ਹੁਣ ਕੋਈ ਸਮਾਂ ਰਿਪੈਂਟ ਕਰਨ ਦਾ ਨਹੀਂ, ਕਿਉਂਕਿ ਮੈਂ ਹਾਂ ਇੱਕ ਗੱਲ ਜ਼ਰੂਰ ਮੇਰੇ ਤੋਂ ਹੋਈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜੋ ਦਿਖਾਇਆ ਗਿਆ ਸੀ ਕਿਰਦਾਰ ਕਿ ਅਸੀਂ ਇਸ ਢੰਗ ਦੇ ਨਾਲ ਚੱਲਾਂਗੇ, ਅਰਵਿੰਦ ਕੇਜਰੀਵਾਲ ਦੀ ਜਿਹੜੀਆਂ 1-2 ਮੀਟਿੰਗਸ ਪਹਿਲਾਂ ਮੇਰੀ ਪਾਰਟੀ ਜੁਆਇਨ ਕਰਨ ਤੋਂ, ਉਹ ਅਸਲ ਵਿੱਚ ਹੈ ਨਹੀਂ ਸੀਗੇ। ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਇਹ ਇਸ ਕਿਸਮ ਦੇ ਆਦਮੀ ਨੇ ਤਾਂ ਦੈਨ ਆਈ ਵੁੱਡ ਹੈਵ ਰੀ ਥੋਟ, ਪਰ ਮੈਂ ਇਹਨਾਂ 'ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਔਰ ਜਦੋਂ ਜੁਆਇਨ ਕੀਤੀ ਤਾਂ ਬਾਅਦ 'ਚ ਰਿਅਲਾਈਜ਼ ਕੀਤਾ ਤਾਂ ਇਹ ਤਾਂ ਜ਼ਿਆਦਾ ਸੈਂਟਰਲਾਈਜ਼ਡ ਪਾਰਟੀ ਹੈ।
ਕਾਂਗਰਸ ਤੇ ਬੀਜੇਪੀ ਨਾਲੋਂ ਵੀ ਜ਼ਿਆਦਾ ਸੈਂਟਰਲਾਈਜ਼ਡ ਪਾਰਟੀ ਉਦੋਂ ਵੀ ਜਦ ਸਾਰੇ ਮੀਡੀਆ ਜਾਂ ਕਾਫੀ ਲੋਕ ਗੱਲ ਕਰ ਰਹੇ ਸੀ ਕਿ ਆਪ ਦਾ ਕਿਰਦਾਰ ਬੜਾ ਕਮਜ਼ੋਰ ਹੋ ਗਿਆ, ਤੁਸੀਂ ਉਦੋਂ ਉਹ ਗੱਲ ਨਹੀਂ ਮੰਨੀ ਸੀ ਤੁਸੀਂ, ਸੋ ਸਮਵੇਅਰ ਅੱਜ ਵੀ ਉਹੀਓ ਗਲਤੀ ਰਿਪੀਟ ਹੋ ਰਹੀ ਹੈ ਕਿ ਤੁਸੀਂ ਲੋਕਾਂ ਨੂੰ ਓਨੀ ਚੰਗੀ ਤਰ੍ਹਾਂ ਨਹੀਂ ਪਕੜ ਪਾ ਰਹੇ, ਸੋ ਸਦਾ ਚੋ ਅਗੇਨ ਠੀਕ ਹੈ ਤੁਹਾਡੀ ਮੈਂ ਗੱਲ ਸਮਝ ਗਿਆ, ਉਦੋਂ ਵੀ ਉਹੀਓ ਲੋਕਾਂ ਨੂੰ ਨਹੀਂ ਸਮਝ ਪਾਏ ਸੀ, ਅੱਜ ਵੀ ਲੋਕਾਂ ਨੂੰ ਨਹੀਂ ਸਮਝ ਪਾਏ ਕਿ ਤੁਹਾਡੀ ਉਹ ਲੜਾਈ ਕਰਨ ਦੀ ਆਦਤ ਜ਼ਿਆਦਾ ਹੋ ਗਈ ਕਿ ਤੁਸੀਂ ਲੋਕਾਂ ਨਾਲ ਅੱਜ ਮਿਲਣਾ ਦੇ ਗੱਲ ਇਹ ਹੈਗੀ ਆ ਕਿ ਮੈਂ ਇੱਕ ਕਮਿਟਮੈਂਟ ਅਸੀਂ ਕਰ ਚੁੱਕੇ ਲੋਕਾਂ ਦੇ ਨਾਲ ਕਿ ਅਸੀਂ ਤੁਹਾਨੂੰ ਇੱਕ ਤੀਸਰੇ ਬਦਲ ਦਾ ਇੱਕ ਪੰਜਾਬ ਦੇ ਵਿੱਚ ਪਲੇਟਫਾਰਮ ਕ੍ਰੀਏਟ ਕਰਕੇ ਦੇਵਾਂਗੇ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਮਨਪ੍ਰੀਤ ਫੇਲ ਹੋ ਗਿਆ, ਕੇਜਰੀਵਾਲ ਫੇਲ ਹੋ, ਜੇ ਅਸੀਂ ਵੀ ਵਿੱਚ ਵਿਚਾਲੇ ਛੱਡ ਜਾਂਗੇ ਤਾਂ ਫਿਰ ਤਾਂ ਲੋਕਾਂ ਦਾ ਬਿਲਕੁਲ ਹੌਸਲਾ ਟੁੱਟ ਜੂਗਾ। ਮੈਂ ਜਿਹੜੀ ਗੱਲ ਕਹਿਣ ਲੱਗਿਆ ਸੀਗਾ ਕਿ ਪੀ ਡੀ ਏ ਨੂੰ ਪਈ 11.7% ਵੋਟ, ਆਮ ਆਦਮੀ ਪਾਰਟੀ ਨੂੰ ਸ਼ਾਇਦ 7.7%, ਸੋ 20% ਵੋਟ ਅੱਜ ਵੀ ਇਹ ਸਾਰੀਆਂ ਟ੍ਰੈਡੀਸ਼ਨਲ ਪਾਰਟੀਜ਼ ਦੇ ਖਿਲਾਫ ਖੜੀ ਆ। ਇਹ ਹੁਣ ਸਾਰੀ ਇਸ ਵੋਟ ਨੂੰ ਇਕੱਤਰ ਕਿੱਦਾਂ ਕਰਨਾ, ਇਕੱਠੇ ਕਿੱਥੇ ਲੈ ਕੇ ਆਉਣਾ, ਇਹਨਾਂ ਵਿੱਚ ਕੌਨਫੀਡੈਂਸ ਲੋਕਾਂ 'ਚ ਕਿੱਦਾਂ ਬਿਲਡ ਕਰਨਾ, ਇਹੀ ਤਾਂ ਸਾਡੀ ਚੁਣੌਤੀ ਆ। ਜਸਟ ਫਾਲਿੰਗ ਬੈਕ ਔਨ ਕਾਂਗਰਸ, ਆਈ ਐਮ ਜਸਟ ਮੈਂ ਕਾਂਗਰਸ ਤੇ ਓਬਵੀਅਸਲੀ ਯੂ ਕਾ ਹੂੰ, ਇਹ ਘਰ ਵਾਪਸੀ ਬੜੀ ਮੁਸ਼ਕਿਲ ਹੈ, ਬਟ ਆਈ ਐਮ ਜਸਟ ਸੇਇੰਗ ਕਿ ਤੁਸੀਂ ਲੋਕਾਂ ਨੂੰ ਨਹੀਂ ਸਮਝ ਪਾ ਰਹੇ ਕਿੱਥੇ ਲੋਕਾਂ ਦੇ ਮਨ 'ਚ। ਮੈਂ ਸਵਾਲ ਪੁੱਛਾਂ ਤਾਂ ਇਹ ਜ਼ਰੂਰ ਆਏਗਾ ਕਿ ਜੋ ਲੋਕ ਅੱਜ ਅਲਾਇੰਸ ਬਣਾ ਰਹੇ ਨੇ, ਮਹਾਂਗਠਬੰਧਨ ਵਾਂਗ ਵਾਲਾ ਹੀ ਹਾਲ ਹੈ, ਉਹਨਾਂ ਨੂੰ ਵੀ ਨਹੀਂ ਵੋਟ ਪਏ, ਬਿਕੋਜ਼ ਲੋਕ ਸਮਝਦੇ ਨੇ ਕਿ ਜਦ ਅਲਾਇੰਸ ਬਣਦੀ ਹੈ ਤਾਂ ਉਹ ਜਿਹੜੀ ਇੱਕਜੁੱਟ ਹੋ ਕੇ ਤਾਂ ਹੀ ਸਰਕਾਰਾਂ ਚੱਲਦੀਆਂ। ਅੱਜ ਡਾਕਟਰ ਗਾਂਧੀ ਦੀ ਅਲੱਗ ਪਾਰਟੀ ਹੈ, ਪੈਂਸ ਭਰਾਵਾਂ ਦੀ ਅਲੱਗ ਪਾਰਟੀ ਹੈ, ਕੁਛ ਐਨ ਮੌਕੇ 'ਤੇ ਤੁਸੀਂ ਚਿਹਰੇ ਲਿਆਏ ਹੋ, ਠੀਕ ਹੈ, ਉਹ ਇੱਕ ਪਾਰਟੀ ਨਹੀਂ ਹੈ, ਇਹ ਜਿੱਤਣ ਬਾਅਦ ਵੀ ਅਲੱਗ ਹੋ ਸਕਦੇ ਨੇ। ਅੱਜ ਵੀ ਅਸੀਂ ਇਹ ਨਹੀਂ ਕਹਿ ਸਕਦੇ ਪੰਜਾਬ ਡੈਮੋਕਰੈਟਿਕ ਅਲਾਇੰਸ ਇੱਕ ਪਾਰਟੀ ਹੈ। ਐਗਜੈਕਟਲੀ, ਇਹ ਸਭ ਤੋਂ ਇੰਪੋਰਟੈਂਟ, ਜਿਹੜਾ ਅਗਰ ਅਸੀਂ ਨਹੀਂ ਲੋਕਾਂ 'ਚ ਕੌਨਫੀਡੈਂਸ ਦੇ ਪਾਏ ਉਹਦੇ 'ਚ ਇਹ ਕਾਰਨ ਆ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਆਪ ਹੀ ਐਨਲਾਈਜ਼ ਕਰਤਾ ਕਿ ਅਸੀਂ 6 ਪਾਰਟੀਆਂ ਦਾ ਗੱਠਜੋੜ ਸੀਗਾ, ਜਿਹੜੀਆਂ ਤਾਂ ਪਾਰਟੀਆਂ ਨੈਸ਼ਨਲ ਨੇ ਜਿੱਦਾਂ BSP ਅਤੇ CPI, ਉਹਨਾਂ ਨੂੰ ਤਾਂ ਅਸੀਂ ਕੁਛ ਨਹੀਂ ਕਹਿ ਸਕਦੇ। ਜਿਹੜੀਆਂ 3 ਪਾਰਟੀਆਂ ਸੀਗੀਆਂ, ਬੈਂਸ ਬ੍ਰਦਰਸ, ਡਾਕਟਰ ਗਾਂਧੀ ਔਰ ਪੰਜਾਬ ਏਕਤਾ ਪਾਰਟੀ, ਇਹ ਇੱਕ ਝੰਡੇ ਥੱਲੇ ਚਾਹੀਦੀਆਂ ਸੀ। ਜਦੋਂ ਤੁਸੀਂ ਆਪ ਹੀ ਕਿਹਾ ਕਿ ਲੋਕ ਇੰਨੀਆਂ ਪਾਰਟੀਆਂ 'ਤੇ ਕਿੱਦਾਂ ਵਿਸ਼ਵਾਸ ਕਰਨ, ਅਸਲ ਪੰਜਾਬ ਲਈ ਇੱਕ ਜਿਹੜੀ ਪੰਜਾਬ ਦੀ ਹਿੱਤ ਦੀ ਪਾਰਟੀ ਨਾ, ਉਹ ਇੱਕ ਚਾਹੀਦੀ ਹੈ, ਫਿਰ ਉਹਦੇ ਨਾਲ ਤੁਸੀਂ ਅਲਾਇੰਸ ਪਾਵਾਂ ਕਿਸੇ ਨੈਸ਼ਨਲ ਪਾਰਟੀ ਨਾਲ ਕਰ ਲਓ। ਸੋ ਹੁਣ ਆ ਇਸ ਇਲੈਕਸ਼ਨ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਲੈਸਨ ਹੈ, ਉਹ ਕਹਿੰਦੇ ਹੁੰਦੇ ਨੇ ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ, ਇਹ 3 ਪਾਰਟੀਆਂ ਨੂੰ ਇਕੱਠੇ ਕਰਨ ਦਾ ਉਪਰਾਲਾ ਅਸੀਂ ਪੁਰਜ਼ੋਰ ਤਰੀਕੇ ਨਾਲ ਕੋਸ਼ਿਸ਼ ਕਰਾਂਗਾ। ਔਰ ਉਹਦੇ ਵਿੱਚ ਮੈਂ ਬਿਕੋਜ਼ ਇਲੈਕਸ਼ਨ ਤੋਂ ਪਹਿਲਾਂ ਸਮਾਂ ਹੀ ਨਹੀਂ ਸੀਗਾ ਕਿ ਡਾਕਟਰ ਗਾਂਧੀ ਬੈਂਸ 'ਤੇ ਅਸੀਂ ਇੱਕ ਫਲੈਗ ਥੱਲੇ ਆ ਜਾਈਏ, ਗੱਲ ਚੱਲੀ ਸੀਗੀ, ਲੇਕਿਨ ਆਫਟਰ ਆਲ ਜਦੋਂ ਤੁਸੀਂ 3 ਪਾਰਟੀਆਂ ਨੂੰ ਇੱਕ ਥਾਂ 'ਤੇ ਲੈ ਕੇ ਆਉਣਾ, ਉਹਦੀ ਰੀਸਟ੍ਰਕਚਰਿੰਗ ਹੋਣੀ ਆ, ਕੌਣ ਕੀ ਹੋਵੇਗਾ, ਕਿਹੜਾ ਜ਼ਿਲ੍ਹਾ ਪ੍ਰਧਾਨ ਹੋਵੇਗਾ, ਕਿਹੜਾ ਫਲਾਨੇ ਵਿੰਗ ਦਾ ਪ੍ਰੈਜੀਡੈਂਟ ਹੋਵੇਗਾ, ਇਹਦੀ ਰੀਸਟ੍ਰਕਚਰਿੰਗ ਨੂੰ ਸਮਾਂ ਚਾਹੀਦਾ। ਔਰ ਨਾਲ ਕਿਤੇ ਨਾ ਕਿਤੇ ਇਹ ਵੀ ਹੁੰਦਾ ਵਾ ਕਿ ਅਸੀਂ ਤਿੰਨੇ ਹੀ ਧਿਰਾਂ ਕਿਸੇ ਇੱਕ ਨੂੰ ਐਕਸੈਪਟ ਕਰ ਲਾਂਗੇ। ਸੋ ਦੈਟਸ ਅ ਮੇਜਰ ਚੈਲੰਜ। ਇੱਥੇ ਵੀ ਉੱਠ ਕੇ ਆ ਰਿਹਾ ਤੇ ਮੈਂ ਵੀ ਪੁੱਛਣਾ ਚਾਹਾਂਗੀ ਕਿ ਤੇ ਤੁਸੀਂ ਲੋਕ ਸਾਰੇ ਹੈਗੇ ਹੋ, ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਕੋਲ ਕਿਉਂ ਬੁਲਾ ਰਹੇ, ਤੁਹਾਨੂੰ ਉਹਨੂੰ ਉਹਦੀ ਐਕਸੈਪਟੇਬਿਲਟੀ ਨਹੀਂ? ਉਹ ਤਾਂ ਫਿਰ ਜਦੋਂ ਕੋਈ ਸਿਚੁਏਸ਼ਨ ਚਰਨਿੰਗ ਪ੍ਰੋਸੈਸ ਹੋ ਰਿਹਾ ਕਾਂਗਰਸ ਦੇ ਵਿੱਚ, ਔਰ ਕਾਂਗਰਸ ਵਿੱਚ ਨਵਜੋਤ ਸਿੱਧੂ ਨੂੰ ਆਈਸੋਲੇਟ ਕੀਤਾ ਜਾ ਰਿਹਾ, ਫਿਰ ਮੀਡੀਆ ਵਾਲੇ ਸਾਨੂੰ ਪੁੱਛਦੇ ਜੀ ਨਵਜੋਤ ਸਿੰਘ ਸਿੱਧੂ ਬਾਰੇ ਤੁਹਾਡਾ ਕੀ ਵਿਚਾਰ ਹੈ, ਤੇ ਅਸੀਂ ਇਹੀ ਕਹਿਣਾ ਵਾ ਕਿ ਨਵਜੋਤ ਸਿੰਘ ਸਿੱਧੂ ਇੱਕ ਅੱਛਾ ਲੀਡਰ ਆ, ਉਹਨੂੰ ਕਾਂਗਰਸ 'ਚੋਂ ਆਈਸੋਲੇਟ ਕੀਤਾ ਜਾ ਰਿਹਾ, ਅਗਰ ਉਹ ਆਉਂਦਾ ਤਾਂ ਅਸੀਂ ਵੈਲਕਮ ਕਰਾਂਗੇ, ਅਸੀਂ ਇਹ ਥੋੜ੍ਹਾ ਕਹਿਣਾ ਕਿ ਨਵਜੋਤ ਸਿੱਧੂ ਨੂੰ ਨਹੀਂ ਲੈਣਾ। ਇਹੀ ਤਾਂ ਗਲਤੀ ਕੇਜਰੀਵਾਲ ਨੇ ਕੀਤੀ ਸੀ ਕਿ ਨਾ ਨਵਜੋਤ ਸਿੰਘ ਸਿੱਧੂ ਲੈਣਾ, ਨਾ ਮਨਪ੍ਰੀਤ ਬਾਦਲ ਲੈਣਾ, ਨਾ ਫਲਾਨਾ ਲੈਣਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਇੱਕ ਅੱਛਾ ਪੰਜਾਬ ਦਾ ਆਗੂ ਆ। ਮੈਂ ਜਿਹੜੀ ਗੱਲ ਕੰਪਲੀਟ ਕਰ ਦਿੰਦਾ ਕਿ ਅਸੀਂ ਕੋਸ਼ਿਸ਼ ਇਹ ਹੁਣ ਕਰਨੀ ਆ ਕਿ ਇਹ 3 ਪੋਲੀਟੀਕਲ ਛੋਟੀਆਂ ਰੀਜਨਲ ਪਾਰਟੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰੋ, ਔਰ ਉਹਦੀ ਸ਼ੁਰੂਆਤ ਤਾਂ ਹੀ ਹੋਊਗੀ ਜੇ ਕੋਈ ਆਦਮੀ ਪਹਿਲਾਂ ਆਪਣਾ ਆਪ ਛੱਡੂਗਾ। ਸੋ ਇਹਦੇ 'ਚ ਮੈਂ ਇਹ ਐਲਾਨ ਕੀਤਾ ਵਾ ਕਿ ਮੈਂ ਇਸ ਨਵੀਂ ਜਿਹੜੀ ਅਗਰ 3 ਪਾਰਟੀਆਂ ਇੱਕ ਝੰਡੇ ਥੱਲੇ ਆਉਂਦੀਆਂ, ਆਈ ਵਿਲ ਨੋਟ ਟੇਕ ਐਨੀ ਆਫਿਸ। ਸੋ ਇੱਕ ਸ਼ੁਰੂਆਤ ਇੱਥੋਂ ਕਰਾਂਗੇ। ਆਫਿਸ ਨਹੀਂ ਮਤਲਬ, ਆਫਿਸ ਮਤਲਬ ਮੈਂ ਪੋਜੀਸ਼ਨ ਨਹੀਂ ਲੈਂਦਾ ਉਸ ਪਾਰਟੀ 'ਚ, ਮੇਰੇ ਵੱਲੋਂ ਬੈਂਸ ਸਾਹਿਬ ਨੂੰ ਬਣਾ ਲਓ, ਮੇਰੇ ਵੱਲੋਂ ਡਾਕਟਰ ਗਾਂਧੀ ਨੂੰ ਬਣਾ ਲਓ, ਮੇਰੇ ਵੱਲੋਂ ਕਿਸੇ ਹੋਰ ਨੂੰ ਪ੍ਰੈਜ਼ੀਡੈਂਟ ਬਣਾ ਲਓ। ਜਿਹੜੀਆਂ ਮੈਂ ਪਾਰਟੀਜ਼ ਦੇਖਦੀਆਂ, ਮੇਨ ਲੜਾਈ ਉੱਥੇ ਆ ਜਾਂਦੀ ਹੈ। ਅੱਜ ਅਸੀਂ ਦੇਖੀਏ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਦੀ ਜੋ ਆਪਸ ਵਿੱਚ ਲੜਾਈ ਚੱਲ ਰਹੀ ਹੈ, ਕਿੱਥੇ ਕੈਪਟਨ ਅਮਰਿੰਦਰ ਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ CM ਦੀ ਕੁਰਸੀ 'ਤੇ ਜਾ, ਤੁਸੀਂ CM ਦੀ ਕੁਰਸੀ ਨੂੰ ਬਿਲਕੁਲ ਠੁਕਰਾ ਰਹੇ ਹੋ ਇਸ ਟਾਈਮ 'ਤੇ? ਨਹੀਂ, ਇਸ ਵੇਲੇ ਤਾਂ ਜਿਹੜੀ ਉਹਨਾਂ ਦੀ ਇਨਰ ਲੜਾਈ ਆ ਨਾ ਜੀ ਕਾਂਗਰਸ ਦੀ, ਉਹਦੇ 'ਚ ਅਸੀਂ ਕੀ ਮੁਦਾਖਲਤ ਕਰ ਸਕਦੇ? ਮੈਂ ਵੈਸੇ ਕਹਿ ਰਿਹਾ ਕਿ ਐਵਰੀਬਾਡੀ ਫੀਲ ਕਿ ਜਿਹੜਾ ਮੇਨ ਪ੍ਰਾਈਜ਼ ਹੈਗਾ ਉਹ ਸੀ, ਹੁਣ ਸਾਡੇ ਸਾਹਮਣੇ ਕਹਿੰਦੇ ਹੋ ਕਿ ਮੈਂ ਕੋਈ ਅਹੁਦਾ ਨਹੀਂ ਲਵਾਂਗਾ। ਨਹੀਂ, ਸਾਡੇ ਸਾਹਮਣੇ ਹੁਣ ਇੱਕ ਵੱਡੀ ਸਭ ਤੋਂ ਚੈਲੰਜ 2022 ਜੀ, ਅਸੀਂ ਕੀ ਦੇਖਣਾ ਕਿ 22 ਦੇ ਵਿੱਚ ਕਿ ਅਸੀਂ ਕੋਈ ਲੋਕਾਂ ਨੂੰ ਕ੍ਰੈਡੀਟੇਬਲ ਅਲਟਰਨੇਟਿਵ ਦੇ ਸਕਦੇ ਹਾਂ, ਅਤੇ ਜੇ ਅਸੀਂ ਆਪਣੀਆਂ ਈਗੋ ਦੀ ਲੜਾਈ ਵਿੱਚ ਪੈ ਗਏ
ਹੋਮੇ ਦੀ ਲੜਾਈ ਚ ਕਿ ਮੈਂ ਹੀ ਬਣਨਾ ਮੈਂ ਹੀ ਬਣਨਾ, ਇਟ ਇਜ਼ ਨਾਟ ਪੋਸੀਬਲ। ਸੋ ਤੁਸੀਂ ਸਮਬਡੀ ਹੈਜ਼ ਟੂ ਵਿਥਡ੍ਰੋ। ਨੋ ਆਈ ਅਗਰੀ। ਸੋ ਆਈ ਵਿਲ ਵਾਟ ਆਈ ਵਿਲ ਡੂ ਇਜ਼ ਆਈ ਵਿਲ ਵਿਥਡ੍ਰੋ। ਵਿਥਡ੍ਰੋ ਫਰਮ ਵਾਟ? ਮੈਂ ਉਹੀ ਵਿਥਡ੍ਰੋ ਫਰਮ ਐਨੀ ਪਾਰਟੀ ਪੋਜੀਸ਼ਨ ਐਜ਼ ਆਫ ਨਾਓ, ਤਾਂ ਕਿ ਕਿਸੇ ਹੋਰ ਨੂੰ ਮੌਕਾ ਮਿਲ ਸਕੇ ਉਹ ਪਾਰਟੀ ਨੂੰ ਲੀਡ ਕਰੇ, ਉਹ ਪਾਰਟੀ ਨੂੰ ਅੱਗੇ ਆਣ ਕੇ ਚਲਾਉਣ। ਅਸੀਂ ਸਾਰੇ ਉਹਨਾਂ ਦੇ ਨਾਲ ਹੋਵਾਂਗੇ। ਬਟ ਨਾਟ ਫਰਮ ਦ ਸੀਐਮ ਪੋਜੀਸ਼ਨ। ਸੀਐਮ ਸੀਐਮ ਤਾਂ ਨਿਮਰਤ ਹਾਸੋਹੀਣੀ ਜੀ ਗੱਲ ਆ। ਜਿੱਦਾਂ ਭਗਵੰਤ ਮਾਨ ਬਾਰੇ ਲੋਕ ਕਹਿੰਦੇ ਕਿ ਸੁਪਨੇ ਲੈਣ ਲੱਗ ਜਾਂਦਾ ਚੀਫ ਮਿਨਿਸਟਰ ਦੇ, ਇਟ ਬਿਕਮਸ ਅ ਜੋਕ। ਚੀਫ ਮਿਨਿਸਟਰ ਕੋਈ ਐਵੇਂ ਸੌਖੀ ਜੀ ਗੱਲ ਹੈ? ਪਹਿਲਾਂ ਆਪਣਾ ਆਧਾਰ ਤਾਂ ਕਾਇਮ ਕਰੀਏ ਅਸੀਂ, ਪਹਿਲਾਂ ਲੋਕਾਂ ਨੂੰ ਆਪਣਾ ਸਾਫ਼ ਸੁਥਰਾ ਏਜੰਡਾ ਤਾਂ ਦੱਸੀਏ ਨਾ, ਪਹਿਲਾਂ ਦੱਸੀਏ ਕਿ ਸਾਡਾ ਰਾਹ ਇਹ ਹੋਊਗਾ ਅਤੇ ਸਾਡੀ ਫੋਰਮੇਸ਼ਨ ਇਹ ਹੋਊਗੀ, ਪਹਿਲਾਂ ਸਾਨੂੰ ਲੋਕਾਂ ਨੂੰ ਇਹ ਦੱਸਣਾ ਪਊਗਾ। ਸੋ ਇਹ ਚੀਫ ਮਿਨਿਸਟਰ ਕੌਣ ਬਣੂ ਕੌਣ ਨਹੀਂ, ਇਹ ਸਾਰੀਆਂ ਹਾਈਪੋਥੈਟੀਕਲ ਕੁਐਸਚਨਸ ਨੇ ਅੱਜ ਦੀ ਡੇਟ 'ਤੇ, ਬਹੁਤ ਦੂਰ ਦੀ ਗੱਲ ਹੈ ਇਹ ਸਾਰੀਆਂ ਗੱਲਾਂ ਦੇ। ਜੇ ਅਸੀਂ ਸਾਰੇ ਇੱਕ ਪਾਰਟੀ 'ਚ ਇੱਕ ਝੰਡੇ ਥੱਲੇ ਆ ਗਏ, ਹੌਲੀ ਹੌਲੀ ਵੀਲ ਬੀ ਏਬਲ ਟੂ ਡਿਸਾਈਡ ਦਾ ਫਿਊਚਰ। ਉਹ ਪਹਿਲਾ ਮੁੱਦਾ ਹੋਏਗਾ ਇਹ ਪਾਰਟੀ, ਜਿਵੇਂ ਤੁਸੀਂ ਕਹਿੰਦੇ ਹੋ ਕਿ ਹਾਂ ਪੰਜਾਬ ਇਜ਼ ਦਾ ਮੁੱਦਾ, ਬਟ ਅੱਜ ਤੱਕ ਅਸੀਂ ਘੱਟ ਇਹੋ ਜਿਹੇ ਮੁੱਦੇ ਦੇ ਕੇ ਰਿਜ਼ੋਲਵ ਹੋਏ ਨਵੇਂ ਮੁੱਦੇ। ਜਿਹੜਾ ਪਾਣੀ ਦਾ ਮੁੱਦਾ ਹੈ ਜੋ ਤੁਸੀਂ ਕਿਹਾ ਤੁਸੀਂ ਪੁੱਛਿਆ, ਬਟ ਸੀਐਮ ਨੇ ਜੋ ਜਵਾਬ ਦਿੱਤਾ ਹੈਗਾ ਉਹਦੇ ਵਿੱਚ ਤਾਂ ਬੜਾ ਕਲੀਅਰ ਹੈ ਕਿ ਵੀ ਪਾਣੀ ਸਾਡੇ ਕੋਲ ਵਾਧੂ ਹੈ ਇਸ ਟਾਈਮ ਤੇ ਫਲੱਡਸ ਲਈ ਬਚਾਉਣ ਲਈ। ਹੁਣ ਮੈਂ ਤਾਂ ਟੈਕਨੀਕਲ ਜੋ ਕਮੇਟੀ ਨੇ ਉਹਨਾਂ ਦਾ ਜਵਾਬ ਸੀ ਨਾ ਜਿਹੜਾ, ਇਟ ਵਾਸ ਉਹ ਬੇਸਿਕਲੀ ਨਫ਼ਰਤ ਦੀ ਭਾਵਨਾ ਉਹ 'ਚ ਜ਼ਿਆਦਾ ਨਜ਼ਰ ਆਉਂਦੀ ਕਿ ਖਹਿਰਾ ਜਿਹੜਾ ਵਾ ਉਹ ਅਟੈਂਸ਼ਨ ਸੀਕਰ ਹੈ, ਖਹਿਰਾ ਜਿਹੜਾ ਹੈ ਉਹ ਸੱਚ ਤੋਂ ਦੂਰ ਰਹਿਣਾ ਚਾਹੁੰਦਾ, ਜਦਕਿ ਮੈਂ ਬਿਲਕੁਲ ਸਹੀ ਤੱਥ ਪੇਸ਼ ਕੀਤੇ। ਔਰ ਮੇਰੇ ਕੋਲ ਇੱਕ SANDRP ਇੱਕ ਔਰਗਨਾਈਜੇਸ਼ਨ ਹੈ ਜਿਹੜੇ ਡੈਮਸ ਅਤੇ ਇਨਵਾਇਰਮੈਂਟ ਦੇ ਉੱਤੇ ਵਾਚ ਰੱਖਦੀ ਆ, ਉਹਦੇ 'ਤੇ ਰਿਸਰਚ ਕਰਦੀ ਆ, ਉਹਨਾਂ ਦੀ ਰਿਪੋਰਟ ਵੀ ਆ ਚੁੱਕੀ ਆ ਕਿ ਜਿਹੜਾ ਪੰਜਾਬ ਦਾ ਪਾਣੀ ਦਰਿਆਵਾਂ ਦਾ ਪਾਕਿਸਤਾਨ ਨੂੰ ਜਾ ਰਿਹਾ, ਇਹਦੀ ਬਜਾਏ ਪਹਿਲਾਂ ਇਹਨਾਂ ਨੂੰ ਪੰਜਾਬ ਦੇ ਕੈਨਾਲਸ ਅਤੇ ਡਿਸਟ੍ਰੀਬਿਊਟਰੀਜ਼ ਨੂੰ ਰੀਚਾਰਜ ਕਰਨਾ ਚਾਹੀਦਾ ਸੀ। ਇਹੀ ਮੈਂ ਕਹਿ ਰਿਹਾ ਵਾਂ, ਮੈਂ ਕਹਿ ਰਿਹਾ ਕਿ ਅਸੀਂ ਪਾਕਿਸਤਾਨ ਦੇ ਖਿਲਾਫ਼ ਨਹੀਂ ਗਏ, ਪਰ ਜਿਹੜਾ ਹਰੀਕੇ ਹੈੱਡਵਰਕਸ ਆ ਉੱਥੇ ਦੋ ਦਰਿਆ ਇਕੱਠੇ ਹੁੰਦੇ ਨੇ ਬਿਆਸ ਅਤੇ ਸਤਲੁਜ, ਉੱਥੋਂ ਪਹਿਲਾਂ ਪਾਣੀ ਪੰਜਾਬ ਨੂੰ ਇਸਤੇਮਾਲ ਕਰੇ। ਜਿਹੜਾ ਪੰਜਾਬ ਦਾ ਪਾਣੀ ਇਸਤੇਮਾਲ ਕਰਨ ਤੋਂ ਬਾਅਦ ਸਾਡੇ ਕੋਲ ਐਕਸਟਰਾ ਵਾ ਐਕਸੈਸ ਵਾਟਰ, ਉਹ ਪਾਕਿਸਤਾਨ ਨੂੰ ਚੱਲ ਜਾਵੇ ਜੂਨ ਦੇ ਮਹੀਨੇ 'ਚ। ਨਿਮਰਤ ਜੀ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਕਿ ਕੈਨਾਲ ਲਈ ਜਾਂ ਜੋ ਕਾਟਨ ਲਈ ਜੋ ਇਸ ਟਾਈਮ ਪਾਣੀ ਚਾਹੀਦਾ ਪੂਰੀ ਦੀ, ਮੈਂ ਉਹ ਗਲਤ ਬੋਲ ਰਹੇ ਨੇ। ਕੈਨਾਲ ਅਸੀਂ ਸਾਰੇ ਲਾਈਵ ਹੋ ਕੇ, ਸਾਡੇ ਜਿਹੜੇ ਪਾਰਟੀ ਦੇ ਗੁਰਮੀਤ ਸਿੰਘ ਬਰਾੜ ਫਿਰੋਜ਼ਪੁਰ ਦੇ ਪ੍ਰੈਜ਼ੀਡੈਂਟ ਨੇ, ਅਸੀਂ ਇਕੱਲੇ ਇਕੱਲੇ ਕੈਨਾਲ 'ਤੇ ਜਾ ਕੇ ਦਿਖਾਤਾ ਕਿ ਆਹ ਸੁੱਕੇ ਪਏ ਨੇ, ਕੱਸੀਆਂ ਵੀ ਸੁੱਕੀਆਂ ਪਈਆਂ। ਪੰਜਾਬ ਦੇ ਲੋਕ ਜਾਣਦੇ ਨੇ ਨਾ ਜਿਨ੍ਹਾਂ ਨੇ ਖੇਤੀ ਕਰਨੀ, ਜਿਨ੍ਹਾਂ ਨੇ ਪੀਣ ਵਾਲਾ ਪਾਣੀ ਪੀਣਾ, ਟੇਲ ਐਂਡਸ ਦੇ ਉੱਤੇ ਫਾਜ਼ਿਲਕਾ, ਅਬੋਹਰ, ਮਾਨਸਾ, ਬਠਿੰਡਾ, ਇਹ ਸਾਰੇ ਲੋਕ ਬੈਠੇ ਨੇ ਕਿ ਪੰਜਾਬ ਪਾਣੀ ਜਿਹੜਾ ਹੈ ਉਹ ਬਿਲਕੁਲ ਕੈਨਾਲਸ ਵਿੱਚ ਹੈ ਨਹੀਂ। ਅਮਰਿੰਦਰ ਸਿੰਘ ਇਹ ਕਹਿੰਦੇ ਨੇ ਕਿ ਅਸੀਂ ਐਕਸੈਸ ਵਾਟਰ ਪਾਕਿਸਤਾਨ ਨੂੰ ਭੇਜਿਆ ਵਾ, ਤਾਂ ਲੋਕ ਤਾਂ ਮਜ਼ਾਕ ਕਰਦੇ ਨੇ ਕਿ ਇਸ ਕਰਕੇ ਭੇਜਿਆ ਕਿਉਂਕਿ ਰੂਸਾ ਜੀ ਰਹਿੰਦੇ ਨੇ ਉੱਥੇ। ਇਹ ਵੀ ਮਜ਼ਾਕ ਮੈਂ ਗੱਲ ਕਰ ਰਿਹਾ, ਕਿਉਂ ਗਿਆ ਮੇਰੇ ਤੋਂ ਸੁਣ ਲਓ ਨਾ ਤੁਸੀਂ। ਉਹ ਇਸ ਲਈ ਗਿਆ ਵਾ ਕਿਉਂਕਿ ਜਿਹੜੀ ਮੀਟਿੰਗ ਹੈ ਕਹਿੰਦੇ ਨਾ ਇੰਟਰ ਸਟੇਟ ਮੀਟਿੰਗ ਹੋਈ ਕਮੇਟੀ ਦੀ 28 ਮਈ ਨੂੰ ਕੋਟ ਕੀਤਾ ਇਹਨਾਂ ਨੇ, ਉਹਦੇ 'ਚ ਹਰਿਆਣਾ ਵੀ ਬੈਠਦਾ, ਉਹਦੇ 'ਚ ਹਿਮਾਚਲ ਵੀ ਬੈਠਦਾ, ਉਹਦੇ 'ਚ ਦਿੱਲੀ, ਰਾਜਸਥਾਨ, ਪੰਜਾਬ। ਪੰਜਾਬ ਦੇ ਨੁਮਾਇੰਦੇ ਨੂੰ ਇਹ ਜ਼ੋਰ ਪਾਉਣਾ ਚਾਹੀਦਾ ਸੀਗਾ ਕਿ ਪਹਿਲਾਂ ਸਾਨੂੰ ਸਾਡੀ ਕੈਨਾਲਸ ਵਾਸਤੇ ਸਾਡਾ ਪਾਣੀ ਰੀਚਾਰਜ ਹੋ ਜਾਵੇ। ਆਹ ਬਿਸ ਦੁਆਬ ਕੈਨਾਲ ਸਾਰਾ ਖਾਲੀ ਸੀ, ਕੱਲ੍ਹ ਪਾਣੀ ਛੱਡਿਆ। UBDC ਇੱਕ ਮਾਝੇ ਦਾ ਵਾ, ਈਸਟਰਨ ਕੈਨਾਲ, ਬਠਿੰਡਾ ਕੈਨਾਲ, ਫਰੀਦਕੋਟ ਕੈਨਾਲ, ਲਛਮਣ ਕੈਨਾਲ, ਸਾਰੇ ਮਾਲਵੇ ਦੇ ਕੈਨਾਲਸ ਖਾਲੀ ਸੀ, ਕੱਲ੍ਹ ਦਾ ਪਾਣੀ ਛੱਡਿਆ ਇਹਨਾਂ ਨੇ ਉਸੇ ਬਿਆਨ ਦੇ ਕਰਕੇ, ਉਸੇ ਪ੍ਰੈਸ਼ਰ ਵਿੱਚ ਆਣ ਕੇ, ਕਿਉਂਕਿ ਲੋਕਾਂ ਨੇ ਜਦੋਂ ਆਣ ਕੇ ਸਵਾਲ ਪੁੱਛਣੇ ਸ਼ੁਰੂ ਕੀਤੇ, ਕੱਲ੍ਹ ਪਾਣੀ ਛੱਡਿਆ ਵਾ। ਅਤੇ 15 ਦਿਨ ਪਹਿਲਾਂ ਅਗਰ ਪੰਜਾਬ ਦੇ ਕੈਨਾਲਸ ਪਾਣੀ ਹੁੰਦਾ, ਸਾਡੀ ਧਰਤੀ ਦਾ ਪਾਣੀ ਰੀਚਾਰਜ ਹੋ ਜਾਣਾ ਸੀ, ਸਾਡਾ ਵਾਟਰ ਟੇਬਲ ਉੱਪਰ ਆ ਜਾਣਾ ਸੀ। ਨਾਓ ਦਿਸ ਇਜ਼ ਅ ਵਾਈਟਲ ਇਸ਼ੂ। ਮੈਂ ਸਵਾਲ ਹੋਰ ਪੁੱਛਾਤੀ, ਪਰ ਕੋਈ ਨਾਰਾਜ਼ ਹੋ ਰਹੇ ਨੇ ਭੁਪਿੰਦਰ ਸਿੰਘ ਬਾਅਦ ਨਹੀਂ, ਕੋਈ ਹੋਰ ਕਹਿ ਰਹੇ ਨੇ ਕਿ ਵੀ ਸਾਡੇ ਸਵਾਲ ਨਹੀਂ ਪੁੱਛੇ ਜਾ ਰਹੇ, ਸੋ ਲੈਟ ਮੀ ਗੇਟ ਡਾਊਨ ਟੂ ਲੋਕਾਂ ਦੇ ਸਵਾਲ ਪੁੱਛੀ। ਤੁਸੀਂ ਖੁਦ ਨੂੰ ਪੰਜਾਬ ਦਾ ਹਿਤੈਸ਼ੀ ਦੱਸਦੇ ਹੋ, ਪਰ ਫਤਿਹਵੀਰ ਦੇ ਮਾਮਲੇ ਵਿੱਚ ਤੁਸੀਂ ਇੱਕ ਵਾਰ ਉੱਥੇ ਨਹੀਂ ਗਏ, ਕਿਉਂ? ਦੇਖੋ, ਇੱਕ ਤਾਂ ਮੇਰੀ ਫੈਮਿਲੀ 'ਚ ਡੈਥ ਹੋਈ ਸੀਗੀ ਜੀ, ਮੇਰੇ ਬ੍ਰਦਰ ਇਨ ਲਾਅ ਦੀ, ਨੰਬਰ 1। ਨੰਬਰ 2, ਮੈਂ ਸੋਚ ਰਿਹਾ ਸੀਗਾ ਕਿ ਇਹ ਜਿਹੜਾ ਸਪੋਟ ਵਿਜ਼ਿਟਸ ਆ ਜਿੱਥੇ ਰੈਸਕਿਊ ਓਪਰੇਸ਼ਨਸ ਬਹੁਤ ਤੇਜ਼ੀ ਨਾਲ ਚੱਲ ਰਹੇ ਆ, ਅਸੀਂ ਉੱਥੇ ਜਾ ਕੇ, ਤੁਸੀਂ ਜਿੰਨੇ ਪੋਲੀਟੀਕਲ ਲੀਡਰ ਗਏ ਉੱਥੇ, ਗਏ ਕੈਮਰੇ ਦੇ ਮੂਹਰੇ, ਆਏ, ਬਿਆਨ ਦਿੱਤਾ, ਵਾਪਸ ਆ ਗਏ। ਲੋਕਾਂ ਦਾ ਕਹਿਣਾ ਹੁੰਦਾ ਕਿ ਤੁਸੀਂ ਉੱਥੇ ਜਾਓ, ਪ੍ਰੈਸ਼ਰ ਬਿਲਡ ਕਰੋ। ਪ੍ਰੈਸ਼ਰ ਤਾਂ ਲੋਕਾਂ ਨੇ ਇੰਨਾ ਬਿਲਡ ਕਰਤਾ ਸੀ ਅਮਰਿੰਦਰ ਸਿੰਘ 'ਤੇ, ਜੇ ਅਮਰਿੰਦਰ ਸਿੰਘ ਲੋਕਾਂ ਦੇ ਪ੍ਰੈਸ਼ਰ ਨੂੰ ਨਹੀਂ ਮੰਨਦਾ, ਉਹ ਕਿਸੇ 2-4 ਲੀਡਰਾਂ ਦੇ ਪ੍ਰੈਸ਼ਰ ਨੂੰ ਮੰਨੇਗਾ? ਸਾਡੀ ਹਮਦਰਦੀ ਆ ਫਤਿਹਵੀਰ ਹੋਣਾਂ ਦੇ ਨਾਲ, ਉਹਦੇ ਬਹੁਤ ਇੱਕ ਅਨਫੋਰਚੁਨੇਟ ਇੰਸੀਡੈਂਟ ਹੋਇਆ। ਬਟ ਕੁਸ਼ਚਨ ਹੈ, ਪਹਿਲਾਂ ਇਹ ਮੈਨੂੰ ਦੱਸੋ ਕਿ ਹੋਰ ਕਿੰਨੇ ਇਸ਼ੂਸ ਪੰਜਾਬ ਦੇ? ਫਤਿਹਵੀਰ ਦਾ ਇਸ਼ੂ ਪਤਾ ਕਿਉਂ ਨਿਮਰਤ ਇੰਨਾ ਹਾਈਲਾਈਟ ਹੋਇਆ? ਬਿਕੋਜ਼ ਮੀਡੀਆ ਫੋਕਸ ਕਰ ਰਿਹਾ ਵਾ। ਜਦੋਂ ਮੀਡੀਆ ਜਿੱਥੇ ਚਲੇ ਜਾਂਦਾ, 10-15 ਟੈਲੀਵਿਜ਼ਨ ਚੈਨਲਸ ਇਕੱਠੇ ਹੋ ਗਏ, ਉਹਨਾਂ ਨੇ ਆਪਣੀ TRP ਦੇਖਣੀ ਹੈ। ਫਤਿਹਵੀਰ ਦਾ ਇੰਪੋਰਟੈਂਟ ਇਸ਼ੂ, ਮੇਰੀ ਗੱਲ ਸੁਣ ਲਓ, ਬਹੁਤ ਇੰਪੋਰਟੈਂਟ ਹੈ। ਜਸਪਾਲ ਦਾ ਇਸ਼ੂ ਬਹੁਤ ਇੰਪੋਰਟੈਂਟ ਨਹੀਂ ਸੀਗਾ? ਕਸਟੋਡੀਅਲ ਡੈਥ ਹੋਈ, ਉਹਦੀ ਲਾਸ਼ ਨਹੀਂ ਦਿੱਤੀ, ਉਹਦੇ ਤੇ ਵੀ ਅਸੀਂ, ਮੇਰੀ ਗੱਲ ਸੁਣੋ ਜ਼ਰਾ। ਨੈਕਸਟ, ਕੈਂਸਰ ਨਾਲ ਮੌਤਾਂ ਹੋ ਰਹੀਆਂ ਪੰਜਾਬ ਦੇ ਵਿੱਚ, ਫਾਰਮਰ ਸੁਸਾਈਡਸ ਹੋ ਰਹੀਆਂ ਨੇ, ਕੀ ਇਸ ਪੱਧਰ ਦੇ ਉੱਤੇ ਫੋਕਸ ਹੋਇਆ ਅੱਜ ਦੀ ਡੇਟ 'ਤੇ? ਸਗੋਂ ਮੇਰਾ ਇਹ ਵੀ ਕਹਿਣਾ ਵਾ ਕਿ ਮੀਡੀਆ
ਪੋਲੀਟੀਕਲ ਪਾਰਟੀਆਂ ਨੂੰ ਏਜੰਡਾ ਸੈੱਟ ਕਰਨਾ ਚਾਹੀਦਾ ਕਿ ਅਸੀਂ ਕੀ ਕਰਨਾ ਵਾ, ਸਾਡੇ ਦਰਿਆਈ ਪਾਣੀ ਕਿੱਥੇ ਨੇ, ਸਾਡਾ ਕੈਂਸਰ ਦੀ ਲੜਾਈ ਕਿੱਥੇ ਆ, ਸਾਡੇ ਕਿਸਾਨ ਆਤਮਹੱਤਿਆ, ਉਲਟਾ ਮੀਡੀਆ ਸੈੱਟ ਕਰ ਰਿਹਾ। ਔਰ ਮੀਡੀਆ ਦੇ ਇਹਦੇ ਵਿੱਚ ਆਪਣਾ ਆਪਣਾ ਲਾਲਚ ਵੀ ਹੁੰਦਾ, ਉਹਨਾਂ ਨੇ ਆਪਣੀ ਟੀਆਰਪੀ, ਉਹਨਾਂ ਨੇ ਆਪਣੀ ਕਮਾਈ ਵੀ ਦੇਖਣੀ ਹੈ। ਦੀ ਜੋ ਮੌਤ ਹੈ ਉੱਤੇ ਮੇਰਾ ਇਹ ਟਿੱਪਣੀ ਸੀ ਕਿ ਇਸ ਨੂੰ ਤੁਸੀਂ ਇਹ ਪਾਣੀ ਦੀ ਪ੍ਰੋਬਲਮ ਦੇਖੋ ਕਿ ਅੱਜ 250 ਫਿਟ 150 ਫਿਟ 'ਤੇ ਬੱਚਾ ਗਿਰਿਆ ਹੈਗਾ। ਇਹ ਮਤਲਬ ਸਾਨੂੰ ਬਹੁਤ ਮਾਹਰਤਾ ਚਾਹੀਦੀ ਉੱਥੋਂ ਬੱਚਾ ਕੱਢਣ ਲਈ। ਔਰ ਜਿਸ ਸਪੀਡ ਨਾਲ ਅਸੀਂ ਪਾਣੀ ਨੂੰ ਦੀ ਖੁਦਾਈ ਕਰ ਰਹੇ ਹਾਂ, ਅਸੀਂ ਕੱਲ੍ਹ 250 ਫਿਟ 'ਤੇ ਬੈਠੇ ਹੋਵਾਂਗੇ ਅਤੇ ਬੱਚੇ, ਔਰ ਸਾਡੀ ਜ਼ਿੰਮੇਵਾਰੀ। ਸੋ ਮੁੱਦਾ ਕੁਛ ਹੋਰ ਸੀ, ਹਾਂ ਉਹ ਸਿਰਫ ਰੈਸਕਿਊ ਓਪਰੇਸ਼ਨ 'ਤੇ ਰਹਿ ਗਿਆ, ਪਰ ਸਾਨੂੰ ਇਹ ਕਿੱਥੇ ਰਿਲਾਈਜ਼ ਕਰਨਾ ਪਏਗਾ, ਕੋਈ ਆਸਾਨ ਗੱਲ ਨਹੀਂ ਹੈ। ਔਰ ਮੈਂ ਅਜੇ ਵੀ ਕਹਿੰਦੀ ਹਾਂ ਕਿ ਜੇ ਅਸੀਂ ਕਿਸੇ ਵੈਸਟਰਨ ਕੰਟਰੀ ਵਿੱਚ ਹੁੰਦੇ, ਪੇਰੈਂਟਸ ਵੁੱਡ ਹੈਵ ਬੀਨ ਹੈਲਡ ਰਿਸਪੋਂਸੀਬਲ ਕਿ ਤੁਸੀਂ ਆਪਣੇ ਘਰ ਦੇ ਬਾਹਰ ਇੱਕ ਡੇਂਜਰ ਛੱਡਿਆ ਹੋਇਆ ਹੈ, ਨਿੱਕਾ ਜਿਹਾ ਬੱਚਾ, ਮਤਲਬ ਸਾਡੇ ਵੀ ਬੱਚੇ ਹੈ, ਤਾਂ ਨਾ ਪਬਲਿਕ ਓਪੀਨੀਅਨ ਇੰਨਾ ਬਿਲਡ ਹੋ ਜਾਂਦਾ ਜੇ ਉਹਦੇ ਤੇ ਕੋਈ ਇਹ ਗੱਲ ਕਰੇ, ਉਹ ਪਰਿਵਾਰ ਦੀ 39 ਨੂੰ ਕਰੇ, ਲੋਕੀ ਉਹਨਾਂ ਦੇ ਗੱਲ ਪੈਂਦੇ ਨੇ। ਬਟ ਸੋ ਯੂ ਨੋ ਇੱਕ ਰਿਸਪੋਂਸਿਬਿਲਟੀ ਐਜ਼ ਅ ਪੇਰੈਂਟ ਹੁੰਦੀ ਹੈ, ਜ਼ਿੰਮੇਵਾਰੀ, ਸਭ ਦੀ ਜ਼ਿੰਮੇਵਾਰੀ। ਅਗਰ ਉਹ ਆਪਣੇ ਘਰ ਦਾ ਬੋਰ ਉਹਨਾਂ ਦਾ ਕਵਰਡ ਹੁੰਦਾ, ਫਤਿਹਵੀਰ ਦੀ ਮੌਤ ਦਾ ਬਹੁਤ ਸੈਂਸੇਸ਼ਨਲ ਸੀ, ਬਹੁਤ ਅਫਸੋਸਨਾਕ ਸੀ, ਬਹੁਤ ਦਰਦਨਾਕ ਸੀ, ਪਰ ਕੀ ਤੁਸੀਂ ਸਹਿਮਤ ਹੋ ਕਿ ਫਤਿਹਵੀਰ ਵਰਗੇ ਬਹੁਤ ਵੱਡੇ ਇਸ਼ੂਜ ਨੇ ਪੰਜਾਬ ਦੇ ਵਿੱਚ, ਚਾਹੇ ਉਹ ਹਾਲ ਹੀ ਦੇ ਦਿਨਾਂ ਵਿੱਚ ਜਸਪਾਲ ਸਿੰਘ ਦੀ ਕਸਟੋਡੀਅਲ ਡੈਥ ਸੀ ਫਰੀਦਕੋਟ ਵਿੱਚ, ਉਹਦੀ ਲਾਸ਼ ਅੱਜ ਤੱਕ ਨਹੀਂ ਕਿਸੇ ਨੇ ਦਿੱਤੀ, ਚਾਹੇ ਉਹ ਧੂਰੀ ਦਾ ਰੇਪ ਕੇਸ ਸੀ, ਚਾਹੇ ਉਹ ਕਿਸਾਨ ਆਤਮ ਹੱਤਿਆ ਡੇਲੀ ਕਰ ਰਹੇ ਨੇ ਮਾਲਵੇ ਦੇ ਉੱਥੇ, ਚਾਹੇ ਕੈਂਸਰ ਦੇ ਨਾਲ ਰੋਜ਼ ਮੌਤਾਂ ਹੋ ਰਹੀਆਂ ਨੇ। ਤੁਸੀਂ ਮੈਨੂੰ ਇਮਾਨਦਾਰੀ ਨਾਲ ਦੱਸੋ ਕਿ ਕੀ ਇੰਨਾ ਫੋਕਸ ਉੱਥੇ ਸਾਰੇ ਇਸ਼ੂਜ਼ ਦੇ ਉੱਤੇ ਹੈਗਾ ਵਾ? ਸਿਰਫ ਇਸ ਕਰਕੇ ਆ ਨਹੀਂ ਹੈਗਾ ਉਹਨਾਂ ਗੱਲਾਂ 'ਤੇ ਫੋਕਸ, ਕਿਉਂਕਿ ਆਪਾਂ ਮੀਡੀਆ ਦੇ ਪਿੱਛੇ ਜਾ ਰਹੇ। ਜਿੱਥੇ ਮੀਡੀਆ ਚਲੇ ਗਿਆ, 10-15-20 ਚੈਨਲਸ ਚਲੇ ਗਏ, ਉਹਨਾਂ ਨੇ ਤਾਂ ਆਪਣੀ ਟੀਆਰਪੀ ਰੇਟਿੰਗਸ ਵਧਾਉਣੀ ਆ, ਉਹਨਾਂ ਨੇ ਆਪਣੀ ਕਮਾਈ ਕਰਨੀ ਆ, ਉਹਨਾਂ ਨੇ ਜਾ ਕੇ ਪੈਸੇ ਬਣਾਉਣੇ ਆ। ਅਸੀਂ ਉਹਨਾਂ ਮੀਡੀਆ ਨੂੰ ਨਹੀਂ, ਅਸੀਂ ਮੀਡੀਆ ਨਾਲ ਮੈਂ ਸਿੰਪੈਥੈਟਿਕ ਹਾਂ, ਬਟ ਵਾਈ ਸ਼ੁੱਡ ਮੀਡੀਆ ਗਵਰਨ ਦੀ ਏਜੰਡਾ ਆਫ ਦ ਸਟੇਟ? ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਪੋਲੀਟੀਕਲ ਪਾਰਟੀਜ਼ ਨੂੰ ਏਜੰਡਾ ਸੈੱਟ ਕਰਨਾ ਚਾਹੀਦਾ ਵਾ। ਅਫਸੋਸ ਇਸ ਗੱਲ ਦਾ ਆ ਰਿਹਾ, ਉਹ ਜਿਹੜੇ ਇਸ਼ੂਜ਼ ਇਮੋਟਿਵ ਨੇ ਜਿਹੜੇ, ਉਹਦੇ ਵਿੱਚੋਂ ਜੇ ਅਸੀਂ ਲੈਸਨ ਠੀਕ ਸਿੱਖਦੇ, ਜੇ ਅਸੀਂ ਲੈਸਨ ਸਿੱਖਦੇ ਕਿ ਹਾਂ ਇਹ ਪਾਣੀ ਦਾ ਜਿਹੜਾ ਡੂੰਘਾਈ ਹੈ ਉਹ ਵਧਦੀ ਜਾ ਰਹੀ ਹੈ, ਉਹ ਲੈਸਨ ਹੈ। ਮਾਂ ਬਾਪ ਨੂੰ ਆਪਣੇ, ਸਾਨੂੰ ਆਪਣੇ ਜਿਹੜੇ ਅਸੀਂ ਯੂਨੋ ਸਫਾਈ ਅਭਿਆਨ ਚੱਲਦਾ ਪਿਆ ਹੈਗਾ, ਉਹਦੇ ਆਪਣੀ ਜਿਹੜੀ, ਜੇ ਉਹ ਲੈਸਨ ਸਿੱਖ ਕੇ ਆਉਂਦਾ ਤਾਂ ਆਈ ਵੁੱਡ ਬੀ ਵੈਰੀ ਹੈਪੀ ਕਿ ਇਸ ਨਾਲ ਅਸੀਂ ਘਰ ਵਿੱਚ ਜੋ ਆਪਣੀ ਸੁਰੱਖਿਆ ਹੈ, ਮੈਂ ਤਾਂ ਆਈ ਵਾਜ਼ ਅ ਮੈਂਟਲ ਪੇਰੈਂਟ ਕਿ ਵੀ ਬੱਚੇ ਨੂੰ ਹਰ ਚੀਜ਼, ਮੈਂ ਸੁਰੱਖਿਅਤ ਡਰੋਰ ਤੇ ਵੀ ਲੌਕਸ ਲਾਣੇ, ਹਰ ਚੀਜ਼ ਲਾਣੇ। ਸੋ ਆਈ ਥਿੰਕ ਉਹ ਜਿਹੜੀ ਪੇਰੈਂਟ ਦੀ ਰਿਸਪੋਂਸਿਬਿਲਟੀ ਉਹਨੂੰ ਵੀ ਨਾ ਭੁੱਲੀ ਨਾ। ਅਸੀਂ ਆਈ ਥਿੰਕ ਅਸੀਂ ਪੰਜਾਬ ਵਿੱਚ ਇਹ ਹਾਲ ਹੋ ਗਈ ਹੈ ਕਿ ਤੂੰ ਮੇਰੇ ਲਈ ਕੀ ਕਰ ਰਿਹਾ, ਮੈਂ ਆਪਣੇ ਆਪ ਲਈ ਕੀ ਕਰ ਰਹੀ ਹਾਂ, ਉਹ ਤੇ ਕੋਈ ਜਵਾਬ ਦੇਣ ਨਹੀਂ। ਜਿਹੜਾ ਫਤਿਹਵੀਰ ਦੀ ਟੋਟਲ ਐਪੀਸੋਡ ਹੈ ਜੀ, ਜਿਹੜੇ ਤੁਸੀਂ ਇਸ਼ੂਜ਼ ਕਹਿ ਰਹੇ ਹੋ ਕਿ ਸੇਫਟੀ ਜਿਹੜੀ ਪਰਿਵਾਰ ਦੀ ਰਿਸਪੋਂਸਿਬਿਲਟੀ ਸੀ, ਪਾਣੀ ਇੰਨਾ ਨੀਚੇ ਚਲ ਗਿਆ, ਜੇ ਫਰਜ਼ ਕਰੋ ਪਾਣੀ ਸਾਡਾ ਵਾਟਰ ਟੇਬਲ ਹੀ ਲਾਗੇ ਹੁੰਦਾ ਤਾਂ ਸ਼ਾਇਦ ਇਹ ਨੁਕਸਾਨ ਹੁੰਦਾ ਇਹਨਾਂ ਜੀ। ਨੰਬਰ 1, ਨੰਬਰ 2, ਇਹਦੇ ਤੋਂ ਲੈਸਨਸ ਕੀ ਲਰਨ ਕੀਤੇ? ਇਹ ਤਾਂ ਮੀਡੀਆ ਨੇ ਕੁਝ ਦੱਸਿਆ ਨਹੀਂ। ਮੀਡੀਆ ਤਾਂ ਉਹ ਬੱਚਾ ਕਿੰਨੀ ਤੇਜ਼ੀ ਨਾਲ ਭੱਜ ਕੇ ਚੋਰਾਂ ਵਾਂਗੂ ਚੱਕ ਕੇ ਲੈ ਕੇ ਜਾ ਰਹੇ ਨੇ, ਯੂ نو ਜਿਹੜਾ ਮੀਡੀਆ, ਜਿਹੜਾ ਵੀਡੀਓ ਤੁਸੀਂ ਫੋਲੋ ਕਰੋਗੇ ਉਹ ਹੀ ਕਰੋਗੇ ਨਾ। ਅਗਲੀ ਗੱਲ ਸੁਣੋ ਜੀ ਜੀ, ਮੀਡੀਆ ਉਹ ਬੱਚੇ ਦੀ ਵੈਨ ਦੇ ਪਿੱਛੇ ਗੱਡੀ ਭਜਾ ਰਿਹਾ ਵਾ, ਪੀਜੀਆਈ ਤੱਕ ਛੱਡ ਕੇ ਆਇਆ ਉਹਨੂੰ, ਮਤਲਬ ਦੈਟ ਇਜ਼ ਨਾਟ ਦੀ ਰਿਸਪੋਨਸਿਬਿਲਿਟੀ ਆਫ ਦ ਮੀਡੀਆ। ਹਾਂ, ਹੁਣ ਮੇਰੀ ਗੱਲ ਸੁਣੋ, ਤੁਹਾਨੂੰ ਇੱਕ ਗੱਲ ਕਹਿਣਾ ਵਾ ਕਿ ਇਸ਼ੂਜ਼ ਤੁਸੀਂ ਕਹਿ ਰਹੇ ਹੋ, ਅਸੀਂ ਥੋੜ੍ਹੇ ਸਮੇਂ ਬਾਅਦ ਬੁੱਢੇ ਨਾਲੇ ਦਾ ਇਸ਼ੂ ਚੁੱਕਾਂਗੇ, ਬਿਕੋਜ਼ ਬੁੱਢਾ ਨਾਲਾ ਇੱਕ ਸਿੰਬਲ ਆ ਕੈਂਸਰ ਦਾ ਅਤੇ ਕੰਟੈਮੀਨੇਟਿਡ ਵਾਟਰ ਦਾ। ਮੈਂ ਦੇਖੂੰਗਾ ਕਿ ਬੁੱਢੇ ਨਾਲੇ ਦਾ ਇਸ਼ੂ ਨੂੰ ਲੋਕ ਵਰਲਡ ਵਾਈਡ ਪੰਜਾਬੀ ਅਤੇ ਮੀਡੀਆ ਕਿਸ ਤਰੀਕੇ ਦੇ ਨਾਲ ਉਠਾਉਂਦਾ, ਬਿਕੋਜ਼ ਇਹ ਤਾਂ ਫਤਿਹਵੀਰ ਦੀ ਇੱਕ ਮੌਤ ਆ ਜਿਹੜੀ ਕਿ ਬਹੁਤ ਕੀਮਤੀ ਸੀ। ਇਸ ਇਸ਼ੂ ਨੂੰ 2-3 ਵਾਰੀ ਕਵਰ ਕਰ ਚੁੱਕੇ, ਪਰ ਡਿਪੈਂਡ ਕਰਦਾ ਨਾ ਲੋਕ ਕੀ ਵੇਖਣਾ ਚਾਹੁੰਦੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਤੁਸੀਂ ਵੀ ਉਹੀ ਦਿਖਾਉਣਾ ਚਾਹੁੰਦੇ ਹੋ, ਨਹੀਂ ਅਸੀਂ ਦਿਖਾਉਂਦੇ ਰਹਿੰਦੇ ਆ, ਅਸੀਂ ਦੇਖਦੇ ਆ, ਲੋਕ ਦੇਖ ਨਹੀਂ ਰਹੇ, ਦੈਟ ਇਜ਼ ਸੋ ਵਿਚ ਇਜ਼ ਅਨਫੋਰਚੂਨੇਟ। ਆਪਾਂ ਨੂੰ ਅਸੀਂ ਚਲੋ ਐਨੀਵੇਜ਼ ਆਪਾਂ ਇੱਕ ਅਟੈਂਪਟ ਕਰਾਂਗੇ, ਅਸੀਂ ਬੁੱਢੇ ਨਾਲੇ ਨੂੰ ਇੱਕ ਇਸ਼ੂ ਨੂੰ ਉਠਾਵਾਂਗੇ, ਬੁੱਢਾ ਨਾਲਾ ਇਸ ਲਈ ਕਿਉਂਕਿ ਵੈਸੇ ਤਾਂ ਕੈਨਾਲਸ ਤੇ ਦਰਿਆ ਬਹੁਤ ਗੰਦੇ, ਘੱਗਰ ਬਹੁਤ ਗੰਦਾ ਵਾ, ਕਾਲੀ ਬੇਈ ਜਿਹੜੀ ਜਲੰਧਰ ਦੇ ਲਾਗਿਓਂ ਜਾਂਦੀ ਹੈਗੀ ਬਹੁਤ ਗੰਦੀ ਆ, ਜਿਹੜਾ ਕਾਲੇ ਸੰਘਿਆਂ ਦੇ ਲਾਗੇ ਡਰੇਨ ਹੈਗੀ, ਸਾਰੇ ਨਾਲੇ ਅਤੇ ਡਰੇਨਾਂ ਗੰਦੀਆਂ ਨੇ, ਪਰ ਬੁੱਢਾ ਨਾਲਾ ਉਠਾਵਾਂਗੇ ਕਿਉਂਕਿ ਉਹ ਇੱਕ ਚਿੰਨ੍ਹ ਆ ਪੰਜਾਬ ਦੇ ਪਾਣੀ ਦੀ ਗੰਦਗੀ ਦਾ, ਬਿਮਾਰੀ ਦਾ, ਕੈਂਸਰ ਦਾ। ਐਂਡ ਆਈ ਹੋਪ ਕਿ ਮੀਡੀਆ ਉਸ ਨੂੰ ਉਠਾ ਕੇ ਔਰ ਉਸ ਨੂੰ ਲੋਜੀਕਲ ਕੰਕਲੂਜਨ ਤੱਕ ਲੈ ਕੇ ਜਾਣਾ ਚਾਹੀਦਾ, ਉਦੋਂ ਤੱਕ ਲੜਾਈ ਜਾਰੀ ਰੱਖਣੀ ਚਾਹੀਦੀ ਜਦੋਂ ਤੱਕ ਉਹ ਇਸ਼ੂ ਰਿਜ਼ੋਲਵ ਅਤੇ ਖਤਮ ਨਹੀਂ ਹੋ ਜਾਂਦਾ। ਇਹ ਪਾਣੀ ਦੇ ਰਿਲੇਟਿਡ ਇੱਕ ਸਵਾਲ ਆਇਆ ਕਿ ਤੁਹਾਡੇ ਮੁਤਾਬਿਕ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਕੀ ਯੋਜਨਾ ਚਾਹੀਦੀ ਹੈ? ਅਤੇ ਇੱਕ ਹੋਰ ਰਲਦਾ ਮਿਲਦਾ ਸਵਾਲ ਹੈਗਾ ਕਿ ਜੇ ਕਦੀ ਤੁਹਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਤੁਸੀਂ ਕੇਂਦਰ ਤੋਂ ਪੰਜਾਬ ਦੇ ਪਾਣੀਆਂ ਦਾ ਪੈਸਾ ਵਸੂਲ ਕਰਨ ਦੀ ਲੜਾਈ ਚੁੱਕੋਗੇ ਕਿ ਨਹੀਂ? ਬੜਾ ਇੰਪੋਰਟੈਂਟ ਇਸ਼ੂ ਉਠਾਇਆ ਕਿ ਇਹਨਾਂ ਨੇ ਉਠਾਇਆ ਜੀ,
things are going very fast. Anyways, ਇਹ ਸਭ ਤੋਂ ਇੰਪੋਰਟੈਂਟ ਸਵਾਲ ਹੈ ਕਿਉਂਕਿ ਪੰਜਾਬ ਦੇ ਕੋਲ ਕੇਵਲ ਤੇ ਕੇਵਲ ਪਾਣੀ ਕੁਦਰਤੀ ਸਰੋਤ ਹੈ, ਅਸੀਂ ਉਹ ਵੀ ਗਵਾ ਚੁੱਕੇ ਹਾਂ। ਅਨਫੋਰਚੁਨੇਟਲੀ ਸਾਡੀਆਂ ਉਸ ਵਕਤ ਦੀ ਪੋਲੀਟੀਕਲ ਲੀਡਰਸ਼ਿਪ ਨੇ ਸਾਰਾ ਦਰਿਆਵਾਂ ਦਾ ਪਾਣੀ ਜਿਹੜਾ ਸਾਡਾ ਰਾਇਪੇਰੀਅਨ ਲੋਸ ਨੂੰ ਛਿੱਕੇ ਤੇ ਟਾਂਕੇ ਕੇਂਦਰ ਦੀਆਂ ਸਰਕਾਰਾਂ ਨੇ ਰਾਜਸਥਾਨ ਨੂੰ, ਹਰਿਆਣੇ ਨੂੰ ਤੇ ਦਿੱਲੀ ਨੂੰ ਦੇ ਦਿੱਤਾ। ਪਿਛਲੀ ਵਿਧਾਨ ਸਭਾ 'ਚ 16 ਨਵੰਬਰ 2016 ਨੂੰ ਇੱਕ ਬੈਠਕ ਹੋਈ ਜਿਹਦੇ ਸਾਰੀਆਂ ਪਾਰਟੀਆਂ ਨੇ, ਕਾਂਗਰਸ ਨੇ, ਅਕਾਲੀ ਦਲ ਨੇ ਅਤੇ ਬੀਜੇਪੀ ਨੇ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜਿਹੜੀ ਅਗਲੀ ਸਰਕਾਰ ਹੋਊਗੀ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਮਤ ਵਸੂਲੇਗੀ। ਤੁਸੀਂ ਦੇਖਿਆ ਹੋਣਾ ਕਿ ਖੱਟਰ ਸਰਕਾਰ ਨੇ, ਹਰਿਆਣਾ ਨੇ ਹਰਿਆਣੇ ਦੇ ਪਾਣੀ ਦਾ ਬਿੱਲ ਦਿੱਲੀ ਸਰਕਾਰ ਨੂੰ ਭੇਜ ਦਿੱਤਾ, ਪਰ ਸਾਡਾ ਉਹ ਮਤਾ ਜਿਹੜਾ ਕਿ ਆਲਰੇਡੀ ਪਾਸ ਹੋਇਆ ਹੋਇਆ 16 ਨਵੰਬਰ 2016 ਦਾ, ਜਦੋਂ SYL ਦਾ ਫੈਸਲਾ ਆ ਰਿਹਾ ਸੁਪਰੀਮ ਕੋਰਟ 'ਚ, ਅੱਜ ਤੱਕ ਨਿਮਰਤ ਅਮਰਿੰਦਰ ਸਿੰਘ ਜੀ ਨੇ ਉਹ ਬਿੱਲ ਨਹੀਂ ਭੇਜਿਆ ਰਾਜਸਥਾਨ ਨੂੰ। ਔਰ ਇਹਦੇ ਵਾਸਤੇ ਬੈਂਸ ਬ੍ਰਦਰਸ ਅਤੇ ਅਸੀਂ ਧਰਨਾ ਵੀ ਲਾ ਚੁੱਕੇ, ਉਹਨਾਂ ਨੂੰ ਮਿਲ ਵੀ ਚੁੱਕੇ ਹਾਂ। ਸੋ ਜਿਹੜਾ ਤੁਸੀਂ ਸਵਾਲ ਕੀਤਾ ਕਿ ਪਾਣੀਆਂ ਦਾ ਕੀ ਹਾਲ, ਇੱਕ ਤਾਂ ਨੰਬਰ ਇਹ ਆ ਕਿ ਤੁਸੀਂ ਨੰਬਰ ਵਨ ਥਿੰਗ ਇਜ਼ ਕਿ ਤੁਸੀਂ ਆਪਣਾ ਕੋਈ ਵੀ ਕੁਦਰਤੀ ਸਰੋਤ ਕਿਸੇ ਸਟੇਟ ਨੂੰ ਫ੍ਰੀ ਨਹੀਂ ਦੇ ਸਕਦੇ। ਰਾਜਸਥਾਨ ਸਾਨੂੰ ਮਾਬਲ ਨਹੀਂ ਦਿੰਦਾ, ਮੱਧ ਪ੍ਰਦੇਸ਼ ਸਾਨੂੰ ਟੀਕ ਲੱਕੜ ਨਹੀਂ ਦਿੰਦਾ, ਚਾਹੇ ਝਾਰਖੰਡ ਵਗੈਰਾ ਸਾਨੂੰ ਕੋਲਾ ਮੁਫਤ ਕੋਈ ਨਹੀਂ ਦਿੰਦਾ। ਇਸ ਲਈ ਸਾਨੂੰ ਆਪਣੇ ਪਾਣੀਆਂ ਦੀ ਕੀਮਤ ਦਾ ਫੈਸਲਾ ਕੋਲ ਲੜਾਈ ਲੜਨੀ ਪਵੇਗੀ, ਨੰਬਰ ਵਨ। ਨੰਬਰ ਦੋ, ਜਿਹੜਾ ਸਾਡੇ ਕੋਲ ਪਾਣੀ ਇਸ ਵਕਤ ਆ, ਅਸੀਂ 15 ਲੱਖ ਟਿਊਬਵੈੱਲ ਜ਼ਮੀਨ 'ਚ ਬੋਰ ਕਰਕੇ ਅਤੇ ਉਹਦਾ ਪਾਣੀ ਦਾ ਵਾਟਰ ਟੇਬਲ ਇੰਨੀ ਤੇਜ਼ੀ ਨਾਲ ਥੱਲੇ ਜਾ ਰਿਹਾ, ਡਿਪਲੀਟ ਹੋ ਰਿਹਾ ਕਿ ਨੋਟ ਓਨਲੀ ਨਾਸਾ ਬਲਕਿ ਬਹੁਤ ਸਾਰੀਆਂ ਹੋਰ ਰਿਸਰਚ ਏਜੰਸੀਜ਼ ਨੇ ਦੱਸਿਆ ਕਿ ਪਾਣੀ ਪੰਜਾਬ ਦਾ ਕੇਵਲ ਅਗਲੇ 25 ਸਾਲ ਤੱਕ ਹੈਗਾ ਵਾ। ਅਤੇ ਜੇ ਤਾਂ ਆਪਣੇ ਪਾਣੀ ਨੂੰ ਬਚਾਉਣਾ ਤਾਂ ਆਪਾਂ ਨੂੰ ਸਭ ਨੂੰ ਬਹੁਤ ਜੱਦੋ ਜਹਿਦ ਕਰਨੀ ਪੈਣੀ ਆ। ਸੋ ਇਹਦੀ ਦੋ ਹਿੱਸਿਆਂ ਦੀ ਲੜਾਈ ਹੋਣੀ ਚਾਹੀਦੀ, ਇੱਕ ਤਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੜਾਈ ਜਿਹੜਾ ਸਾਡਾ ਦੂਜਿਆਂ ਨੂੰ ਸਟੇਟਸ ਤੋਂ ਚਲੇ ਗਿਆ, ਦੂਸਰਾ ਜਿਹੜਾ ਇੱਥੋਂ ਦਾ ਪਾਣੀ ਆ ਇੱਕ ਉਹਦੇ ਵਾਟਰ ਟੇਬਲ ਨੂੰ ਕੰਟਰੋਲ ਕਰਨਾ, ਉਹਨੂੰ ਰੀਚਾਰਜ ਆ ਗਈ ਨਾ ਗੱਲ ਉਹੀ ਕਿ ਜੇ ਪਾਕਿਸਤਾਨ ਨੂੰ ਪਾਣੀ ਨਾ ਜਾਵੇ ਉਹ ਪਾਣੀ ਇਹ ਨਾ, ਇੱਕ ਮਹੀਨਾ ਅਗਰ ਪਾਣੀ ਪੰਜਾਬ ਦੇ ਕੈਨਾਲ 'ਚ ਹੁੰਦਾ ਪੰਜਾਬ ਦਾ ਵਾਟਰ ਟੇਬਲ ਵੁੱਡ ਹੈਵ ਇੰਪਰੂਵਡ ਅਲੋਟ। ਦ ਥਰਡ ਪਾਰਟ ਆਫ ਦਿਸ ਵਾਟਰ ਫਾਈਟ ਇਜ਼ ਜਿਹੜਾ ਕੰਟੈਮੀਨੇਸ਼ਨ ਆ, ਜਿਹੜਾ ਜ਼ਹਿਰ ਆ, ਜਿਹੜਾ ਇੰਡਸਟਰੀ ਸ਼ਹਿਰਾਂ ਦਾ ਵੇਸਟ, ਪਿੰਡਾਂ ਦਾ ਵੇਸਟ ਉਹਦੇ ਵਿੱਚ ਜਾ ਕੇ ਅਤੇ ਬਿਮਾਰੀ ਫੈਲਾ ਰਿਹਾ ਸਾਰੇ ਪੰਜਾਬ ਦੇ। ਯਕੀਨ ਰੱਖਣਾ ਮੈਂ ਬਠਿੰਡੇ ਗਿਆ, ਕੋਈ ਪਿੰਡ ਇਸ ਤਰ੍ਹਾਂ ਦਾ ਨਹੀਂ ਸੀਗਾ, ਕੋਈ ਪਿੰਡ ਇਦਾਂ ਦਾ ਨਹੀਂ ਸੀ ਜਿਹੜਾ ਪਿੰਡ ਮੈਨੂੰ ਕਹਿੰਦਾ ਨਹੀਂ ਕਿ ਸਾਡੇ ਪਿੰਡ ਵਿੱਚ 8-10 ਕੈਂਸਰ ਨਾਲ ਮੌਤਾਂ ਹੋਈਆਂ। ਬਠਿੰਡਾ ਵਿੱਚ ਤੁਸੀਂ ਹਰਸਿਮਰਤ ਬਾਦਲ ਨੂੰ ਜਿਤਾਉਣ ਦੇ ਦੋਸ਼ ਲੱਗਦਾ ਹੈ, ਪਰ ਤੁਸੀਂ ਆਪਣੇ ਪ੍ਰਚਾਰ ਵਿੱਚ ਭਗਵੰਤ ਮਾਨ ਨੂੰ ਜ਼ਿਆਦਾ ਭੰਡਦੇ ਸੀ ਤੇ ਆਮ ਆਦਮੀ ਪਾਰਟੀ ਵਿੱਚੋਂ ਨਿਕਲਣ ਦਾ ਕਾਰਨ ਵੀ ਤੁਸੀਂ ਮਾਨ ਨੂੰ ਹੀ ਦੱਸਦੇ ਹੋ, ਫਿਰ ਸੰਗਰੂਰ ਚੋਂ ਕਿਉਂ ਨਹੀਂ ਲੜੇ? ਐਬਸੋਲੂਟਲੀ ਰੋਂਗ। ਜੇ ਤੁਸੀਂ ਮੇਰਾ ਫੇਅਰਲੀ ਮੇਰਾ ਕੈਂਪੇਨ ਦੇਖੋਗੇ, ਸਭ ਤੋਂ ਨੰਬਰ ਵਨ ਟਾਰਗੇਟ ਬਾਦਲ ਦੀ ਫੈਮਲੀ ਸੀ ਮੇਰੇ ਟੋਟਲ ਬਠਿੰਡੇ ਦੇ ਕੈਂਪੇਨ 'ਚ। ਔਰ ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ, ਮੈਂ ਇਹਨਾਂ ਦਾ ਬੇਨਕਾਬ ਕੀਤਾ ਸਾਰਾ, ਪਰਦਾ ਫਾਸ਼ ਕੀਤਾ, ਜਿਹੜਾ ਹੁਕਮਨਾਮਾ ਦਵਾਇਆ ਇਹਨਾਂ ਨੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫ਼ੀ ਦਵਾਈ, ਬਲਕਿ ਮੇਰੇ ਸਪੋਰਟਰਸ ਮੈਨੂੰ ਕਹਿੰਦੇ ਸੀ ਕਿ ਡੇਰੇ ਦੇ ਖਿਲਾਫ਼ ਮਤ ਬੋਲੋ ਇੰਨਾ, ਕਿਉਂਕਿ ਡੇਰੇ ਦੀਆਂ ਬਹੁਤ ਵੋਟਾਂ ਨੇ ਬਠਿੰਡਾ ਲੋਕ ਸਭਾ 'ਚ। ਆਈ ਡਿਡ ਨੋਟ ਬੋਦਰ ਫੋਰ ਦੈਟ। ਸਭ ਤੋਂ ਜਿਹੜਾ ਪ੍ਰਾਈਮ ਮੇਰਾ ਟਾਰਗੇਟ ਸੀਗਾ ਦੈਟ ਵਾਸ ਬਾਦਲ ਦੇ। ਇਹ ਜਿਹੜਾ ਵੀ ਕੋਈ ਸੱਜਣ ਪੁੱਛ ਰਹੇ ਨੇ ਸਵਾਲ, ਉਹ ਸਹੀ ਐਨਾਲਾਈਜ਼ ਨਹੀਂ ਕਰ ਰਹੇ। ਹਾਂ, ਉਸ ਤੋਂ ਬਾਅਦ ਮੈਂ ਕਾਂਗਰਸ ਨੂੰ ਹਿੱਟ ਕਰਦਾ ਸੀਗਾ। ਸੋ ਜਿਹੜਾ ਇਹ ਕਹਿੰਦੇ ਕਿ ਬਾਦਲ ਨਾਲ ਕੰਪਰੋਮਾਈਜ਼ ਕੀਤਾ, ਇਜ਼ ਇਟ ਪੋਸੀਬਲ? ਔਰ ਮੇਰਾ ਜਿਹੜੇ ਵੀ ਕੋਈ ਸੱਜਣ ਵਰਲਡਵਾਈਡ, ਆਫਟਰ ਆਲ ਮੀਡੀਆ ਐਡਾ ਜ਼ਿਆਦਾ ਐਕਟਿਵ ਆ, ਵਿੱਚ ਹੀ ਰਾਜਾ ਬੜਿੰਗ, ਕੋਈ ਬੰਦਾ ਚੀਚ ਜਿੰਨਾ ਵੀ ਮੈਨੂੰ ਸਬੂਤ ਲਿਆ ਕੇ ਦੇਵੇ ਕਿ ਮੈਂ ਕਦੀ ਸੁਖਬੀਰ ਬਾਦਲ ਨੂੰ ਪਿਛਲੇ 25 ਸਾਲਾਂ 'ਚ ਮਿਲਿਆ ਵੀ ਹੋਵਾਂ, ਕਿਸੇ ਨਾਲ ਕੋਈ ਗੱਲ ਕੀਤੀ। ਹਾਂ, ਅਗਰ ਮੈਂ ਕੋਈ ਗਲਤੀ ਮੇਰੀ ਪਾਈ ਜਾਵੇ, ਆਈ ਵਿਲ ਜਸਟ ਕੁਇਟ ਪੋਲੀਟਿਕਸ, ਬਿਕੋਜ਼ ਆਈ ਐਮ ਨੋਟ ਹੇਅਰ ਟੂ ਡੂ ਦਿਸ ਡਬਲ ਯੂ ਨੋ ਸਟੈਂਡਰਡ ਪੋਲੀਟਿਕਸ। ਜਾਂ ਅਗਰ ਮੈਂ ਅਕਾਲੀਆਂ ਦੇ, ਬਾਦਲ ਦੇ ਟੱਬਰ ਦੇ ਹੈਗਾ ਤਾਂ ਹੈਗਾ ਖਿਲਾਫ਼, ਅਗਰ ਮੈਂ ਅਮਰਿੰਦਰ ਸਿੰਘ ਦੇ ਹੈਗਾ ਤਾਂ ਖਿਲਾਫ਼ ਤਾਂ ਹੈਗਾ ਖਿਲਾਫ਼, ਇਹ ਵਿੱਚ ਵਿਚਾਲੀ ਵਾਲੇ ਪੋਲੀਟਿਕਸ ਮੈਨੂੰ ਨਹੀਂ ਆਉਂਦੀ। ਬਲਤੇਜ ਸਿੰਘ ਜੀ ਪੁੱਛ ਰਹੇ ਨੇ ਨਵੇਂ ਬੱਚਿਆਂ ਨੂੰ ਸਕਿੱਲ ਬਣਾਉਣਗੇ ਅਤੇ ਜੋ ਵਰਕ ਕਲਚਰ ਪੈਦਾ ਹੋ ਸਕਦਾ ਉਹ ਬੱਚੇ ਵਿਦੇਸ਼ ਨਾ ਜਾਣ। ਬਹੁਤ ਇੰਪੋਰਟੈਂਟ ਹੈ। ਦੇਖੋ, ਕੱਲ੍ਹ ਪਰਸੋਂ ਰਿਪੋਰਟਸ ਆਈਆਂ ਕਿ ਜਿਹੜਾ ਜਲੰਧਰ ਦਾ ਵੀਜ਼ਾ ਸੈਂਟਰ ਹੈ, ਸਿੱਧੂ ਜੀ ਦਾ ਸਵਾਲ ਹੈ। ਓਕੇ, ਸਿੱਧੂ ਜੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ ਕਪਲ ਆਫ ਡੇਜ਼ ਦੀਆਂ ਰਿਪੋਰਟਸ ਆਈਆਂ ਕਿ ਜਿਹੜੇ ਬਾਹਰ ਜਾਣ ਦੀ ਸਾਰਾ ਹੈਗਾ ਪ੍ਰੋਸੈਸ, ਉਹ ਅੱਗੇ ਨਾਲੋਂ ਵੀ ਤੇਜ਼ ਹੋ ਗਿਆ। ਜਿਹੜਾ ਵੀਜ਼ਾ ਸੈਂਟਰਸ ਬਣੇ ਨੇ ਜਲੰਧਰ ਦੇ ਵਿੱਚ ਔਰ ਚੰਡੀਗੜ੍ਹ 'ਚ, ਇਹਨਾਂ 'ਚ 50-60% ਪਿਛਲੇ ਸਾਲ ਨਾਲੋਂ ਇਨਕਰੀਜ਼ ਆ। ਨਿਮਰਤ, ਦਿਸ ਇਜ਼ ਸੱਚ ਐਨ ਡੇਂਜਰਸ ਇਸ਼ੂ ਕਿ ਸਾਡੇ ਪੰਜਾਬ ਦਾ ਟੋਟਲ ਪੜ੍ਹਿਆ ਲਿਖਿਆ ਵਰਕ ਇਜ਼ ਲੀਵਿੰਗ ਪੰਜਾਬ। ਦੋ ਗੱਲਾਂ ਹੋ ਰਹੀਆਂ ਨੇ, ਇੱਕ ਬ੍ਰੇਨ ਡਰੇਨ, ਇੱਕ ਇਕੋਨਮੀ ਡਰੇਨ। ਜਿਹੜੇ ਸਟੂਡੈਂਟ ਵੀਜ਼ਾ 'ਤੇ ਬੱਚੇ ਜਾਂਦੇ ਨੇ ਉਹ ਨਾਲ 25-30 ਲੱਖ ਰੁਪਇਆ ਘਰੋਂ ਲਿਆ ਨਾਲ ਵੀ ਲੈ ਕੇ ਜਾਂਦੇ। ਜਸਟ ਇਮੈਜਿਨ, ਅਗਰ 50,000 ਬੱਚਾ ਇੱਕ ਸਾਲ ਵਿੱਚ ਪੰਜਾਬ ਛੱਡ ਕੇ ਜਾ ਰਿਹਾ ਅਤੇ ਉਹਦੇ ਨਾਲ ਕਿੰਨੀ ਆਰਥਿਕਤਾ ਪੰਜਾਬ ਦੀ ਰੁੜ ਰਹੀ ਆ ਦੂਜੇ ਦੇਸ਼ਾਂ ਨੂੰ।
ਸੋ ਇਹ ਸਭ ਤੋਂ ਵੱਡਾ ਇੱਕ ਚਿੰਤਾ ਦਾ ਵਿਸ਼ਾ ਵਾ। ਹੁਣ ਇਹਦਾ ਹੱਲ ਕੀ ਹੈਗਾ? ਇਹਦਾ ਹੱਲ ਤਾਂ ਇਹੀ ਹੈ ਨਾ ਕਿ ਅਸੀਂ ਪੰਜਾਬ ਦੀ ਇਕੋਨਮੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ, ਖੇਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ, ਐਗਰੋ ਬੇਸਡ ਇੰਡਸਟਰੀ ਪੰਜਾਬ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਵੇ, ਆਈਟੀ ਇੰਡਸਟਰੀ। ਸਾਡੇ ਬੱਚੇ ਗੁੜਗਾਉਂ, ਫਰੀਦਾਬਾਦ, ਚੇਨਈ, ਬੈਂਗਲੌਰ ਉੱਥੇ ਵੀ ਜਾ ਕੇ ਨੌਕਰੀਆਂ ਕਰਦੇ ਨੇ ਨਾ। ਵਾਈ ਕਾਂਟ ਵੀ ਹੈਵ ਨਾਈਸ ਆਈਟੀ ਹੱਬ ਇਨ ਪੰਜਾਬ ਇਟਸੈਲਫ? ਸੋ ਇਹ ਜਿਹੜੇ ਅੱਜ ਰਾਜ ਕਰਨ ਵਾਲੇ ਲੋਕ ਨੇ ਇਹਨਾਂ ਕੋਲ ਸਮਾਂ ਨਹੀਂ ਹੈ ਇਹਨਾਂ ਗੱਲਾਂ ਦਾ। ਕੈਪਟਨ ਸਾਹਿਬ ਦੇ ਕੋਲ ਤਾਂ ਤੁਹਾਨੂੰ ਮੈਂ ਦੱਸਦਾ ਵਾ ਕਿ ਵੱਡੇ ਵੱਡੇ ਇਸ਼ੂਜ਼ ਹੋ ਰਹੇ ਨੇ, ਉਹ ਤਾਂ ਉਹਨਾਂ ਕੋਲ ਟਵੀਟ ਕਰਨ ਦਾ ਟਾਈਮ ਵੀ ਨਹੀਂ ਗਾ। ਉਹਦੇ 'ਤੇ ਮੰਥਨ ਕਰਨਾ, ਉਹਦੇ 'ਤੇ ਬਹਿ ਕੇ ਡਿਸਕਸ਼ਨ ਕਰਨੀ ਆ, ਪੂਰਾ ਪੂਰਾ ਦਿਨ ਉਹਦੇ 'ਤੇ ਮਸ਼ਵਰਾ ਕਰਨਾ, ਚੰਗੇ ਲੋਕਾਂ ਦੀ ਰਾਏ ਲੈਣੀ, ਇਹ ਤਾਂ ਉਹਨਾਂ ਦੇ ਏਜੰਡੇ 'ਤੇ ਹੈ ਨਹੀਂ ਗਾ। ਅਤੇ ਨਾ ਬਾਦਲ ਦੇ ਏਜੰਡੇ 'ਤੇ ਕਦੀ ਇਹ ਗੱਲਾਂ ਰਹੀਆਂ। 5 ਵਾਰ ਚੀਫ ਮਿਨਿਸਟਰ ਰਿਹਾ ਔਰ ਬੱਚੇ ਸਾਡੇ ਅੱਜ ਨਹੀਂ ਜਾਣੇ ਸ਼ੁਰੂ ਹੋਏ। ਪਿਛਲੇ ਘੱਟੋ ਘੱਟ 15-20 ਸਾਲ ਤੋਂ ਇਹ ਜਿਹੜਾ ਬ੍ਰੇਨ ਡਰੇਨ ਹੈ ਪਰਟੀਕੁਲਰਲੀ ਯੂਥ ਦਾ, ਇਹ ਸਟਾਰਟ ਹੋ ਚੁੱਕਾ ਸੀਗਾ। ਪਰ ਕਿਸੇ ਪੋਲੀਟੀਕਲ ਪਾਰਟੀ ਨੇ, ਕਿਸੇ ਲੀਡਰ ਇਹਦੇ 'ਤੇ ਗੌਰ ਕਰਨੀ, ਹੱਲ ਤਾਂ ਬਹੁਤ ਦੂਰ ਦੀ ਗੱਲ ਹੈ, ਗੌਰ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਸ਼ਮਸ਼ੇਰ ਜੀ ਪੁੱਛ ਰਹੇ ਨੇ ਕਿ ਖਹਿਰਾ ਸਾਹਿਬ ਕੀ ਆਪ ਅਤੇ PDA ਝੰਡੇ ਥੱਲੇ ਇਕੱਠੇ ਹੋ ਸਕਦੇ ਆਉਣ ਵਾਲੇ ਟਾਈਮ ਵਿੱਚ? ਦੇਖੋ, ਅਸੀਂ ਤਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਆਮ ਆਦਮੀ ਪਾਰਟੀ ਨੂੰ। ਜੇ ਉਹ ਪੰਜਾਬ ਨੂੰ ਦੇ ਦੁੱਖ ਦਰਦ ਨੂੰ ਸਮਝਦੇ ਨੇ, ਦੇ ਆਰ ਮੋਸਟ ਵੈਲਕਮ। ਪਰ ਜਿੱਦਾਂ ਦਾ ਉਹਨਾਂ ਦਾ ਰਵੱਈਆ ਨਜ਼ਰ ਆ ਰਿਹਾ, ਪਿਛਲੇ ਕੁਛ ਦਿਨਾਂ 'ਚ ਫਿਰ ਉਹਨਾਂ ਦੀ ਕੋਈ ਕੋਰ ਕਮੇਟੀ ਦੀ ਬੈਠਕ ਹੋਈ ਆ ਔਰ ਉਹਨਾਂ ਨੇ ਆਊਟਰਾਈਟਲੀ ਕਿਹਾ ਕਿ ਅਸੀਂ ਫਲਾਣੇ ਫਲਾਣੇ ਕਹਿ ਰਹੇ ਅਤੇ ਉਹਦੇ ਨਾਲ ਗੱਲ ਨਹੀਂ ਕਰਾਂਗੇ। ਜਦੋਂ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਸੀ ਇਲੈਕਸ਼ਨ ਤੋਂ ਪਹਿਲਾਂ, ਅਸੀਂ ਇਹਨਾਂ ਨੂੰ ਫਿਰ ਉਦੋਂ ਵੀ ਸੱਦਾ ਦਿੱਤਾ ਸੀ, ਪਰ ਵਿਦ ਇਨ ਮਿਨਟਸ, ਬਿਨਾਂ ਸੋਚੇ, ਸ਼ਾਇਦ ਚੀਮੇ ਦਾ ਅਤੇ ਭਗਵੰਤ ਮਾਨ ਦਾ ਬਿਆਨ ਆ ਗਿਆ ਸੀ ਜਾਂ ਅਮਨ ਅਰੋੜੇ ਦਾ, ਕਿ ਜਿੱਥੇ ਖਹਿਰਾ 'ਤੇ ਬਹਿਸ ਹੈ ਅਸੀਂ ਕਦੀ ਵੀ ਉਹਨਾਂ ਨਾਲ ਸਾਂਝ ਨਹੀਂ ਪਾਵਾਂਗੇ। ਸਾਡਾ ਇਹ ਕਹਿਣਾ ਵਾ ਕਿ ਅਸੀਂ ਨੈਸ਼ਨਲ ਪਾਰਟੀਜ਼ ਦੇ ਨਾਲ, ਪਰਟੀਕੁਲਰਲੀ ਕੇਜਰੀਵਾਲ, ਜਿਨ੍ਹਾਂ ਨੇ ਕਿ ਪੰਜਾਬ ਦੇ ਪਾਣੀਆਂ ਦੇ ਸਟੈਂਡ ਪੂਰਾ ਨਹੀਂ ਰੱਖ ਸਕਦੇ, ਜਿਹੜੇ ਬਿਕਰਮ ਅਜੀਤਿਆ ਤੋਂ ਮਾਫ਼ੀ ਮੰਗ ਚੁੱਕੇ ਨੇ, ਜਿਹੜੇ ਕਾਂਗਰਸ ਦੇ ਨਾਲ ਸੰਧੀ ਕਰਨ ਦੀ ਗੱਲਾਂ ਕਰ ਰਹੇ ਨੇ ਦਿੱਲੀ 'ਚ, ਸਾਡੇ ਵਾਸਤੇ ਇੰਨਾ ਸੁਖਾਲਾ ਨਹੀਂ ਗਾ। ਹਾਂ, ਜੇ ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਸਾਡੇ ਨਾਲ ਗੱਲ ਕਰੂਗਾ, ਵੀ ਵਿਲ ਡੈਫੀਨੇਟਲੀ ਟਾਕ। ਬਲਤੇਜ ਸਿੰਘ ਜੀ ਪੁੱਛ ਰਹੇ ਨੇ ਕਿ ਤੁਸੀਂ ਮੰਨਦੇ ਹੋ ਕਿ ਪੰਜਾਬ ਦੀ ਜਵਾਨੀ ਦੇ ਕਾਨ ਵਿੱਚ ਕੇਂਦਰ ਦੀ ਨੀਅਤ ਵਿੱਚ ਕੋਈ ਖੋਟ ਕਰਕੇ ਹੋ ਰਿਹਾ ਹੈ? ਦੇਖੋ, ਇਹ ਤਾਂ ਕੋਈ ਸ਼ੱਕ ਹੀ ਨਹੀਂ ਗਾ, ਜਿਹੜੀ ਗਵਰਨਮੈਂਟ ਆਫ ਇੰਡੀਆ ਨਾ, ਲੈਟ ਮੀ ਆਲਸੋ ਐਕਸਪਲੇਨ ਟੂ ਦੈਮ, ਅੱਜ ਦੀ ਡੇਟ 'ਤੇ ਜਿਹੜੀਆਂ ਸਟੇਟਸ ਨੇ ਉਹ ਬੇਸਿਕਲੀ ਮਿਊਂਸਪੈਲਿਟੀਜ਼ ਨੇ, ਉਹਨਾਂ ਦੇ ਕੋਲ ਕੋਈ ਬਹੁਤ ਵੱਡੇ ਅਧਿਕਾਰ ਖੇਤਰ ਨਹੀਂ ਰਹਿ ਗਏ। ਸਾਡਾ ਐਜੂਕੇਸ਼ਨ ਦਾ ਟੋਟਲ ਕੀ ਸਿਲੇਬਸ ਹੋਊਗਾ, ਕੀ ਏਜੰਡਾ ਹੋਊਗਾ, ਉਹ ਗਵਰਨਮੈਂਟ ਆਫ ਇੰਡੀਆ ਤੈਅ ਕਰਕੇ ਸਾਨੂੰ ਭੇਜਦੀ। ਸਾਰਾ ਪੈਸਾ, ਸਰਵ ਸਿੱਖਿਆ ਅਭਿਆਨ, ਜਿਹੜੀਆਂ ਫਲੈਗਸ਼ਿਪ ਪ੍ਰੋਗਰਾਮਸ ਹੈ ਗਵਰਨਮੈਂਟ ਆਫ ਇੰਡੀਆ ਦੀਆਂ, ਪੈਸਾ ਵੀ ਐਜੂਕੇਸ਼ਨ ਲਈ ਉੱਥੋਂ ਆ ਰਿਹਾ, ਪੜ੍ਹਨਾ ਕੀ ਹੈ ਪੰਜਾਬ ਦੇ ਬੱਚਿਆਂ ਨੇ ਉਹ ਵੀ ਉੱਥੋਂ ਤੈਅ ਹੋ ਕੇ ਆ ਰਿਹਾ, ਹੈਲਥ ਦੀਆਂ ਸਕੀਮਾਂ ਉੱਥੋਂ ਬਣ ਕੇ ਆ ਰਹੀਆਂ, ਨਰੇਗਾ ਦੀਆਂ ਸਕੀਮਾਂ ਉੱਥੋਂ ਬਣ ਕੇ ਆ ਰਹੀਆਂ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪਿੰਡਾਂ 'ਚ ਸੜਕਾਂ ਕਿਹੜੀਆਂ ਬਣਨੀਆਂ ਉਹ ਵੀ ਉੱਥੋਂ ਤੈਅ ਹੋ ਕੇ ਆ ਰਹੀਆਂ। ਸੋ ਪੰਜਾਬ ਐਜ਼ ਅ ਸਟੇਟ ਉਹਦੇ ਕੋਲ ਕੋਈ ਅਖਤਿਆਰ ਨਹੀਂ ਆ, ਤਾਂ ਹੀ ਉਹ ਪੰਜਾਬ ਬਹੁਤ ਦੇਰ ਤੋਂ ਆਟੋਨਮੀ ਦੀ ਡਿਮਾਂਡ ਕਰਦਾ ਕਿ ਸਾਨੂੰ ਵੱਧ ਅਧਿਕਾਰ ਚਾਹੀਦੇ ਆ। ਇਹ ਦੇਸ਼ ਫੈਡਰਲ ਢਾਂਚਾ, ਜਿੱਦਾਂ ਅਮੈਰੀਕਾ ਕੈਨੇਡਾ ਚੱਲਦਾ, ਇੱਕ ਲਿਬਰਲ ਤਰੀਕੇ ਦੇ ਨਾਲ ਸਟੇਟਾਂ ਨੂੰ ਆਪਣਾ ਅਧਿਕਾਰ ਦਿਓ ਤਾਂ ਕਿ ਸਟੇਟਾਂ ਆਪਣੀਆਂ ਨੀਤੀਆਂ ਬਣਾ ਸਕਣ, ਆਪਣੀ ਇੰਡਸਟਰੀਲਾਈਜੇਸ਼ਨ ਕਰ ਸਕਣ, ਆਪਣੀ ਖੇਤੀ ਨੂੰ ਸੁਧਾਰ ਕਰ ਸਕਣ, ਤਾਂ ਹੀ ਉਹ ਸਾਡੇ ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚ ਰਹਿਣਗੇ। ਵਰਨਾ ਆਉਣ ਵਾਲੇ ਦਿਨਾਂ 'ਚ ਯੂ ਵਿਲ ਨੋਟਿਸ ਕਿ ਬਹੁਤ ਵੱਡੇ ਪੱਧਰ 'ਤੇ ਐਕਸੋਡਸ ਬੱਚਿਆਂ ਦਾ ਵਿਦੇਸ਼ਾਂ 'ਚ ਹੋ ਰਿਹਾ। ਮੀਰ ਹੰਡਰ ਪੁੱਛਦੇ ਨੇ ਕਿ ਕੰਵਰ ਸੰਧੂ ਤੁਹਾਡੇ ਨਾਲ ਦੂਰੀ ਕਿਉਂ ਬਣਾ ਚੱਲੇ ਹਨ, ਔਰ ਪਲੀਜ਼ ਡਿਪਲੋਮੈਟਿਕ ਜਵਾਬ ਨਾ ਦੇਣਾ ਉਹਨਾਂ ਨੇ ਸਪੈਸ਼ਲੀ। ਐਕਚੁਲੀ ਤਾਂ ਇਹ ਸਵਾਲ ਤਾਂ ਤੁਹਾਨੂੰ ਸੰਧੂ ਸਾਹਿਬ ਨੂੰ ਪੁੱਛਣਾ ਚਾਹੀਦਾ, ਮੈਂ ਤਾਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ। ਅੱਜ ਵੀ ਉਹ ਸਾਡੇ ਨਾਲ ਨੇ, ਇਹਨਾਂ ਦਿਨਾਂ 'ਚੋਂ ਕੈਨੇਡਾ ਗਏ ਹੋਏ ਨੇ, ਕੌਂਸਟੈਂਟਲੀ ਮੇਰੇ ਨਾਲ ਇਨ ਟੱਚ ਨੇ। ਉਹਨਾਂ ਦਾ ਇੱਕ ਇਹ ਮੰਨਣਾ ਵਾ ਕਿ ਔਰ ਮੈਂ ਸਮਝਦਾ ਕਿ ਮੈਂ ਵੀ ਇਹ ਸਮਝਦਾ ਵਾਂ ਕਿ ਜਿਹੜੇ ਸਾਡੇ ਨਾਲ MLAs ਆਏ ਸੀਗੇ, ਅਸੀਂ ਅਗਰ ਸਾਰਿਆਂ ਨੂੰ ਪਾਰਟੀ ਜੁਆਇਨ ਕਰਾ ਕੇ ਅਤੇ ਐਕਸਪੋਜ਼ ਕਰਦੇ ਹਾਂ ਤਾਂ ਉਹਦੇ 'ਚ ਬਾਈ ਇਲੈਕਸ਼ਨਸ ਆਉਂਦੀਆਂ ਨੇ, ਉਹਨਾਂ ਦੀ ਜਿਹੜੀ ਮੈਂਬਰੀ ਆ ਉਹ ਡਿਸਕੁਆਲੀਫਾਈ ਹੁੰਦੇ, ਕਿਉਂਕਿ ਜਿਹੜਾ ਕੇਜਰੀਵਾਲ ਦੀ ਪਾਰਟੀ ਆ ਇਹ ਸ਼ਿਕਾਇਤਾਂ ਕਰਨ ਨੂੰ ਇੱਕ ਮਿਨਟ ਨਹੀਂ ਲਾ ਰਹੇ, ਉਹ ਸੋਚ ਨਹੀਂ ਰਹੇ ਕਿ ਇਹਦਾ ਨਤੀਜਾ ਕੀ ਹੋਊਗਾ। ਸੋ ਕਿਤੇ ਨਾ ਕਿਤੇ ਕੁਛ ਵਿਧਾਇਕ ਜਿਹੜੇ ਸਾਡੇ ਨਾਲ ਨੇ ਉਹ ਬਿਹਾਈਂਡ ਦ ਕਰਟਨ ਰਹਿ ਕੇ ਕੰਮ ਕਰ ਰਹੇ ਨੇ। ਸੰਧੂ ਸਾਹਿਬ ਸਾਡੇ ਸਤਿਕਾਰਯੋਗ ਨੇ ਔਰ ਸਾਡੇ ਨਾਲ, ਡਿਪਲੋਮੈਟਿਕ ਆਨਸਰ ਨਹੀਂ ਹੈ। ਖਹਿਰਾ ਸਾਹਿਬ, ਕਿਸੇ ਟਾਈਮ ਗੁਰੂਆਂ ਦੇ ਨਾਂ 'ਤੇ ਵਜ੍ਹਾ ਸੀ ਪੰਜਾਬ 'ਤੇ, ਅੱਜ ਕੱਲ੍ਹ ਪੰਜਾਬ ਨਸ਼ਿਆਂ ਦੇ ਨਾਲ 'ਤੇ ਜਵਾਬ ਜ਼ਰੂਰ ਦਿਓ, ਤਰਸੇਮ ਜੀ ਬੋਲ ਰਹੇ ਨੇ। ਇਹੀ ਤਾਂ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਡੇ ਪੱਖ ਦੇ ਮਸਲੇ ਨੇ ਪੰਜਾਬ ਦੇ, ਚਾਹੇ ਉਹ ਡਰੱਗਸ ਦੀ ਗੱਲ ਕਰ ਲਓ, ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਕਰ ਲਓ, ਚਾਹੇ ਉਹ ਕਿਸਾਨਾਂ ਦੀ ਆਤਮ ਹੱਤਿਆ ਦੀ ਗੱਲ ਕਰ ਲਓ, ਚਾਹੇ ਉਹ ਕੈਂਸਰ ਦੀ ਗੱਲ ਕਰ ਲਓ, ਚਾਹੇ ਉਹ ਉਜੜੇ ਹੋਏ ਸਕੂਲਾਂ ਦੀ ਗੱਲ ਕਰ ਲਓ, ਚਾਹੇ ਉਜੜੇ ਹੋਏ ਹੋਸਪਿਟਲਸ ਦੀ ਗੱਲ ਕਰ ਲਓ, ਪਰ ਦੁੱਖ ਇਸ ਗੱਲ ਦਾ ਕਿ ਜਿਹੜਾ ਇਲੈਕਟੋਰਲ ਪੋਲਿਟਿਕਸ ਹੈ ਪੰਜਾਬ ਦੀ, ਇੱਥੇ ਲੋਕਾਂ ਦਾ ਧਿਆਨ ਜਿਹੜਾ ਵਾ ਉਹ ਇਹ ਲੱਗਦਾ ਜਿੱਦਾਂ ਇਹਨਾਂ ਇਸ਼ੂਜ਼ 'ਤੇ ਨਹੀਂ ਗਾ, ਅਤੇ ਆਟਾ ਦਾਲ 'ਤੇ, ਅਤੇ ਪੈਨਸ਼ਨ 'ਤੇ, ਅਤੇ ਨਰੇਗਾ ਦੇ ਜੋਬ ਕਾਰਡਸ 'ਤੇ, ਇਹ ਲਾਰਜ ਚੰਕ ਆਫ ਦੀ ਪੋਪੂਲੇਸ਼ਨ, ਇੱਕ ਬਹੁਤ ਵੱਡਾ ਹਿੱਸਾ ਵਰਗ ਵੋਟਰਸ ਦਾ, ਉਹ ਇਹਨਾਂ ਸਕੀਮਾਂ ਨਾਲ ਪ੍ਰਭਾਵਿਤ ਆ। ਪਿਛਲੇ 10 ਸਾਲ ਅਕਾਲੀ ਦਲ ਨੇ ਇਹਦਾ ਰੱਜ ਕੇ ਫਾਇਦਾ ਉਠਾਇਆ, ਅਤੇ ਹੁਣ ਕਾਂਗਰਸ ਉਸੇ ਰਾਹ 'ਤੇ ਤੁਰੀ ਹੋਈ ਆ। ਪਿੰਡਾਂ ਦੇ ਵਿੱਚ ਨਿਮਰਤ ਜੀ, ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੇ
ਉਹ ਇਹਨਾਂ ਸਕੀਮਾਂ ਨੂੰ ਲੈ ਕੇ ਆਮ ਗਰੀਬ ਆਦਮੀ 'ਤੇ ਪ੍ਰੈਸ਼ਰ ਬਹੁਤ ਬਣਾਉਂਦੇ ਨੇ। ਜੇ ਵੋਟ ਨਾ ਪਾਈ ਤੇਰਾ ਆਟੇ ਦਾਲ ਦਾ ਕਾਰਡ ਕਟਾ ਦੂੰਗਾ, ਜੇ ਵੋਟ ਨਾ ਪਾਈ ਤੇਰੇ ਪੈਨਸ਼ਨ ਦਾ ਕਾਰਡ ਕਟਾ ਦੂੰਗਾ। ਸੋ ਇਹ ਇਗਨੋਰ ਨਹੀਂ ਕੀਤਾ ਜਾ ਰਿਹਾ, ਤਾਂ ਹੀ ਉਹ ਜਿਹੜਾ ਵੱਡਾ ਏਜੰਡਾ ਸਟੇਟ ਦਾ ਉਹ ਕਿਤੇ ਨਾ ਕਿਤੇ ਰੁਲ ਜਾਂਦਾ ਵਾ। ਬਹੁਤ ਆਈ ਫੀਲ ਕਿ ਅੱਜ ਪੰਜਾਬ ਇੱਦਾਂ ਬੈਠਾ, ਦੇਣ ਵਾਲੇ ਹੱਥ ਇੱਦਾਂ ਹੋ ਗਏ। ਸੋ ਵਿਚ ਇਜ਼ ਵੈਰੀ ਮਤਲਬ ਉਹ ਦਿਲ ਨੂੰ ਦੁਖਦਾ ਹੈਗਾ, ਬਿਕੋਜ਼ ਈਵਨ ਸਾਡੇ ਬਚਪਨ ਤੋਂ ਅੱਜ ਦਾ ਬੱਚਿਆਂ ਦੇ ਬਚਪਨ ਵਿੱਚ ਬਹੁਤ ਡਿਫਰੈਂਸ ਆ ਚੁੱਕਾ ਹੈ। ਮੈਂ ਇੱਕ ਸਵਾਲ ਦਾ ਜਵਾਬ ਦੇਣਾ ਚਾਹਾਂਗੀ ਕੈਪਟਨ ਬਰਾੜ ਨੂੰ ਕਿ ਵੀ ਜੇ ਮੈਂ ਸਵਾਲ ਨਹੀਂ ਪੜਾਂਗੀ ਤਾਂ ਪੁੱਛ ਨਹੀਂ ਪਾਵਾਂਗੀ, ਇਸ ਲਈ ਮੈਂ ਆਈ ਕੰਟੈਕਟ ਨਹੀਂ ਬਣਾ ਪਾ ਰਹੀ ਤੁਹਾਡੇ ਨਾਲ, ਮੈਂ ਸਵਾਲ ਛਾਂਟ ਰਹੀ ਹਾਂ। ਖੇਰਾ ਜੀ ਤੁਹਾਡੀ ਸਪੋਰਟ ਲਈ ਬਹੁਤ ਸਵਾਲ ਆ ਰਹੇ ਨੇ, ਨਾਲ ਖੇਰਨ ਤੁਸੀਂ ਅਲੱਗ ਪਾਰਟੀ ਕਿਉਂ ਬਣਾਈ, ਕੀ ਮਾਦਾ ਕੀਤਾ ਕੇਜਰੀਵਾਲ ਨੇ, ਕੀ ਮਾੜਾ ਕੀਤਾ? ਮਾੜਾ ਕੀਤਾ ਮਾੜਾ। ਹਾਂ, ਮੇਰੇ ਸਤਿਕਾਰਯੋਗ ਗਿਲ ਜੀ ਨੇ ਪੁੱਛਿਆ ਜੀ, ਇਸ ਕੀ ਤੁਸੀਂ ਮੈਨੂੰ ਦੱਸੋ ਕਿ ਸਾਨੂੰ ਪਾਰਟੀਆਂ ਬਣਾਉਣ ਦਾ ਸ਼ੌਂਕ ਹੈ, ਜਿਸ ਢੰਗ ਦੇ ਨਾਲ ਅਰਵਿੰਦ ਕੇਜਰੀਵਾਲ ਨੇ, ਇਕੱਲੇ ਖੇਰਨ ਨੂੰ ਛੱਡੋ ਤੁਸੀਂ, ਮੈਂ ਕਹਿੰਦਾ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ, ਕੀ ਫੁਲਕਾ ਜੀ, ਕੀ ਘੁੱਗੀ, ਕੀ ਛੋਟੇਪੁਰ, ਸਾਰੇ ਛੱਡ ਕੇ ਚਲੇ ਗਏ। ਮਤਲਬ ਇੱਕ ਅਲਕਾ ਲਾਂਬਾ, ਇੱਕ ਮੋਸਟ ਫਾਇਰ ਬ੍ਰੈਂਡ MLA ਦਿੱਲੀ ਦੀ, ਮਤਲਬ ਸਾਰੇ ਹੀ ਇੱਕ ਪਾਸਿਓਂ ਮਾੜੇ ਨੇ। ਇੱਕ ਗੱਲ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ, ਅਸੀਂ ਸਾਰੇ ਅਰਵਿੰਦ ਕੇਜਰੀਵਾਲ ਦੀ ਇੱਜ਼ਤ ਕਰਦੇ ਸੀਗੇ, ਲੇਕਿਨ ਜੋ ਪਿਛਲੇ ਉਹਨਾਂ ਨੇ ਡੇਢ ਦੋ ਸਾਲ ਦੇ ਵਿੱਚ ਜਿਸ ਢੰਗ ਦੇ ਨਾਲ ਰਵਾਇਤੀ ਪਾਰਟੀਆਂ ਵਾਂਗੂ ਕੰਮ ਕਰਨਾ ਸ਼ੁਰੂ ਕਰ ਦਿੱਤਾ ਵਾ, ਜਿਸ ਢੰਗ ਦੇ ਨਾਲ ਬਿਕਰਮ ਮਜੀਠੀਆ ਦੇ ਕੋਲੋਂ ਮਾਫ਼ੀ ਮੰਗੀ, ਕਿਹੜੇ ਮੂੰਹ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਜਾ ਕੇ ਅਕਾਲੀਆਂ ਨਾਲ ਲੜਾਈ ਲੜਦੇ, ਔਰ ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਨਾਲ ਸਮਝੌਤਾ ਕਰਨ ਦੀ ਗੱਲ, ਲੋਕ ਸਭਾ ਵਿੱਚ ਤਾਂ ਹੋਇਆ ਨੀਗਾ, ਦੇਰ ਇਜ਼ ਐਵਰੀ ਪੋਸੀਬਿਲਿਟੀ ਕਿ ਉਹ ਸਮਝੌਤਾ ਦਿੱਲੀ ਦੀ ਅਸੈਂਬਲੀ ਵਿੱਚ ਹੋ ਜੇ। ਸੋ ਅਸੀਂ ਨਹੀਂ ਆਪਣੇ ਰਾਹ ਤੋਂ ਪਰੇ ਹੋਏ, ਕਿਤੇ ਨਾ ਕਿਤੇ ਉਹ ਆਪਣਾ ਏਜੰਡੇ ਤੋਂ ਪਰੇ ਹੋ ਗਏ, ਤਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ। ਅਮਨਪ੍ਰੀਤ ਜੀ ਪੁੱਛਦੇ ਨੇ ਕਿ ਜੇ ਮਾਹੌਲ ਬਣਿਆ ਤੇ ਤੁਸੀਂ ਬੀਜੇਪੀ ਨਾਲ ਗੱਠਜੋੜ ਕਰ ਸਕਦੇ ਹੋ? ਨੋ, ਐਂਡ ਨੋਟ ਐਟ ਆਲ। ਲੈਟ ਮੀ ਕਲੈਰੀਫਾਈ ਅੱਛੇ ਤਰੀਕੇ ਦੇ ਨਾਲ ਕਿ ਜਿਹੜਾ ਅਸੀਂ ਤੀਸਰਾ ਬਦਲ ਪ੍ਰਪੋਜ਼ ਕਰ ਰਹੇ ਪੰਜਾਬ ਦੇ ਵਿੱਚ, ਇਹ ਐਂਟੀ ਕਾਂਗਰਸ ਔਰ ਐਂਟੀ ਅਕਾਲੀ ਦਲ ਭਾਜਪਾ ਰਹੇਗਾ। ਅਸੀਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਜਿਹੜੀਆਂ ਪੰਜਾਬ ਨਾਲ ਤੁਲਤ ਰੱਖਣ ਵਾਲੀਆਂ, ਜਿਹੜੀਆਂ ਇਮੀਡੀਏਟਲੀ ਬੈਂਸ, ਡਾਕਟਰ ਗਾਂਧੀ ਸਾਡੀ, ਔਰ ਸ਼ਾਇਦ ਉਸ ਤੋਂ ਬਾਅਦ ਅਸੀਂ ਟਕਸਾਲੀ ਅਕਾਲੀ ਦਲ ਨਾਲ ਵੀ ਗੱਲ ਕਰਾਂਗੇ, ਜਿਹੜੇ ਇਹ ਲੋਕ ਨੇ ਪੰਜਾਬ ਦੇ, ਅਗਰ ਇਹਨਾਂ ਨੂੰ ਇਕੱਠਾ ਕਰਕੇ, ਅਤੇ ਸਾਡਾ ਅਲਾਇੰਸ ਪੰਜਾਬ ਡੈਮੋਕਰੇਟਿਕ ਅਲਾਇੰਸ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਸੀਗਾ। ਔਰ ਲੈਟ ਮੀ, ਮੈਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਬਾਦਲ ਸਾਹਿਬ ਕਹਿੰਦੇ ਆ ਨਾ ਕਿ ਅਕਾਲੀ ਦਲ ਦਾ ਅਤੇ ਭਾਜਪਾ ਦਾ ਨੌਂ ਅਤੇ ਮਾਸ ਦਾ ਰਿਸ਼ਤਾ ਹੈ, ਨੌਂ ਅਤੇ ਮਾਸ ਦਾ, ਉਹ ਬੀਜੇਪੀ ਦੇ ਨਾਲ ਨਹੀਂ ਗਾ। ਸਹੀ ਮਹੀਨਿਆਂ ਵਿੱਚ ਪੰਜਾਬ ਦੇ ਵਿੱਚ ਅਗਰ ਕੋਈ ਸੋਸ਼ਲ ਸਹੀ ਸਮਾਜਿਕ ਰਿਸ਼ਤਾ ਹੈ ਨੌਂ ਅਤੇ ਮਾਸ ਦਾ, ਉਹ ਹੈਗਾ ਵਾ ਪਿੰਡਾਂ 'ਚ ਕਿਸਾਨਾਂ ਦਾ ਅਤੇ ਦਲਿਤ ਵਰਗ ਦਾ, ਕਿਉਂਕਿ ਉਹ 24 ਘੰਟੇ ਇਕੱਠੇ ਕੰਮ ਕਰਦੇ ਨੇ, 24 ਘੰਟੇ ਜ਼ਿੰਦਗੀ 'ਚ ਬੈਠਦੇ ਉੱਠਦੇ ਨੇ, ਉਹਨਾਂ ਦਾ ਮਰਨ ਅਤੇ ਜੰਮਣ ਇਕੱਠਾ ਵਾ। ਜੇ ਕਿਤੇ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦਾ ਦਲਿਤ ਵਰਗ ਇਕੱਠਾ ਹੋ ਜਾਵੇ, ਸਭ ਤੋਂ ਲੀਥਲ ਕੋਂਬੀਨੇਸ਼ਨ ਹੋਵੇਗਾ। ਔਰ ਇੱਕ ਵਾਰ ਅਕਾਲੀ ਦਲ 1996 'ਚ ਜਦੋਂ ਅਕਾਲੀ ਦਲ ਸਹੀ ਅਕਾਲੀ ਦਲ ਸੀਗਾ, ਉਹ ਬਹੁਜਨ ਸਮਾਜ ਪਾਰਟੀ ਨਾਲ ਉਹਨਾਂ ਨੇ ਗੱਠਜੋੜ ਕੀਤਾ ਸੀਗਾ, 13 ਚੋਂ 11 ਪਾਰਲੀਮੈਂਟ ਦੀਆਂ ਸੀਟਾਂ ਜਿੱਤੇ ਸੀ। ਉਹ ਗੱਲ ਵੱਖਰੀ ਆ ਕਿ ਇਮੀਡੀਏਟਲੀ ਉਸ ਤੋਂ ਬਾਅਦ 97 ਦੇ ਵਿੱਚ ਬਾਦਲ ਸਾਹਿਬ ਨੇ ਉਹ BSP ਦੇ ਨਾਲ ਜਾਂ ਦਲਿਤ ਵਰਗ ਨਾਲ ਗੱਠਜੋੜ ਤੋੜ ਦਿੱਤਾ ਅਤੇ ਦੁਬਾਰਾ ਫਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਲਿਆ। ਇੱਥੇ ਇੱਕ ਸੱਜਣ ਸਵਾਲ ਪੁੱਛਿਆ ਸੀ, ਸੋਰੀ ਉਹਨਾਂ ਦਾ ਨਾਮ ਮੈਸੇਜ ਚੱਲ ਰਹੇ ਨੇ, ਪਰ ਉਹਨਾਂ ਦਾ ਸਵਾਲ ਇਹ ਸੀ ਕਿ ਅੱਜ ਇੱਕ ਓਪੋਜੀਸ਼ਨ ਦੀ ਬੜੀ ਇੰਪੋਰਟੈਂਟ ਜਗ੍ਹਾ ਹੈਗੀ ਹੈ ਪੋਲੀਟਿਕਸ ਵਿੱਚ, ਅਤੇ ਆਪ ਅਤੇ ਤੁਸੀਂ ਲੋਕ ਇਕੱਠੇ ਹੋ ਕੇ ਓਪੋਜੀਸ਼ਨ ਜਿਹੜਾ ਗਵਾ ਬੈਠ ਸਕਦੇ ਹੋ, ਉਹਦੇ ਬਾਰੇ ਤੁਸੀਂ ਕਿਉਂ ਨਹੀਂ ਸੋਚ ਰਹੇ? ਬਿਕੋਜ਼ ਅਗਲੇ 3 ਸਾਲ ਜੇ ਆਪ ਅਤੇ ਤੁਹਾਡੇ ਵਿੱਚ ਲੜਾਈ ਚੱਲਦੀ ਰਹੀ, ਹੁਣ ਤੁਸੀਂ MLA ਹੋ ਜਾਂ ਨਹੀਂ ਹੋ, ਵਾਟ ਇਜ਼ ਹੈਪਨਿੰਗ ਉੱਥੇ? ਕੀ ਹੋ ਰਿਹਾ? ਨਹੀਂ, ਇਸ ਤਰ੍ਹਾਂ ਮੈਂ ਪਹਿਲਾਂ ਤਾਂ ਮੈਂ ਇਹਨਾਂ ਦਾ ਜਵਾਬ ਦੇਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਕਿ ਓਪੋਜੀਸ਼ਨ ਯੂਨਾਈਟ, ਇਹੀ ਤਾਂ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਪੰਜਾਬ ਡੈਮੋਕਰੇਟਿਕ ਅਲਾਇੰਸ ਕਦ ਲਈ ਬਣਾਇਆ ਸੀਗਾ? ਅਸੀਂ ਡਾਕਟਰ ਗਾਂਧੀ ਨੂੰ, ਬੈਂਸ ਨੂੰ, ਅਸੀਂ ਬਹੁਜਨ ਸਮਾਜ ਪਾਰਟੀ, CPI ਸਾਰੀਆਂ ਇਸ ਕਰਕੇ ਲੈ ਕੇ ਆਏ ਸੀ ਇੱਕ ਝੰਡੇ ਥੱਲੇ ਕਿ ਪੰਜਾਬ ਦੇ ਵਿੱਚ ਓਪੋਜੀਸ਼ਨ ਯੂਨਾਈਟ ਹੋਵੇ। ਅਨਫੋਰਚੁਨੇਟਲੀ ਤੁਸੀਂ ਸ਼ਾਇਦ ਉਦੋਂ ਫੋਲੋ ਨਹੀਂ ਅੱਛੀ ਤਰ੍ਹਾਂ ਕੀਤਾ, ਅਸੀਂ ਉਹਨਾਂ ਨੂੰ ਵੀ ਸੱਦਾ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ, ਪਰ ਉਹਨਾਂ ਨੇ ਸਾਡਾ ਸੱਦਾ ਰਿਜੈਕਟ ਕਰਤਾ। ਹੁਣ ਇਲੈਕਸ਼ਨ ਤੋਂ ਬਾਅਦ ਅਗਰ ਸਾਨੂੰ ਰਿਅਲਾਈਜੇਸ਼ਨ ਹੈ ਕਿ ਸਾਨੂੰ ਨੁਕਸਾਨ ਹੋਇਆ, ਮੈਨੂੰ ਆਸ ਹੈ ਕਿ ਆਮ ਆਦਮੀ ਪਾਰਟੀ ਵੀ ਰਿਅਲਾਈਜ਼ ਕਰਦਾ, ਕਿਉਂਕਿ ਜਿਹੜੀ ਇਕੱਲੀ ਭਗਵੰਤ ਦੀ ਸੀਟ ਜਿੱਤੀ ਨਾ, ਬਾਕੀ 12 ਸੀਟਾਂ 'ਤੇ ਉਹਨਾਂ ਦੀ ਮੈਂ ਜਮਾਨਤਾਂ ਜ਼ਬਤ ਹੋਈਆਂ। ਅਗਰ ਤਾਂ ਹੁਣ ਸਿਆਣਪ ਨਾਲ ਸਮਝ ਕੇ ਸਾਡੇ ਨਾਲ ਜਿਹਨੂੰ ਕਹਿੰਦੇ ਕਿ ਓਪੋਜੀਸ਼ਨ ਫੋਰਸਿਸ ਨੂੰ ਯੂਨਾਈਟ ਕਰਨਗੇ ਤਾਂ ਉਹ ਪੰਜਾਬ ਦਾ ਫਾਇਦਾ ਕਰਨਗੇ, ਜੇ ਉਹ ਫਿਰ ਇਕੱਲਾ ਝੰਡਾ ਕਰਕੇ ਰੱਖਦੇ ਤਾਂ ਉਹਨਾਂ ਦੀ ਮਰਜ਼ੀ। ਜੇ ਅਸੀਂ ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ, ਤੁਸੀਂ ਚੀਮਾ ਜੀ ਨੂੰ ਆਪਣਾ LOP ਐਕਸੈਪਟ ਕਰਕੇ ਉਹਨਾਂ ਨਾਲ ਕੰਮ ਕਰਨ ਲਈ? ਨੋਟ ਐਟ ਆਲ, ਉਹ ਪੋਸੀਬਲ ਹੀ ਨਹੀਂ ਗਾ। ਜਿੱਦਾਂ ਦਾ ਇਹਨਾਂ ਦਾ ਰਵੱਈਆ ਨਾ, ਜਿੱਦਾਂ ਦੀ ਇਹਨਾਂ ਦੀ ਬੋਡੀ ਲੈਂਗੁਏਜ ਆ, ਇਹ ਤਾਂ ਮਤਲਬ ਜਿਹਨੂੰ ਕਹਿੰਦੇ ਆ ਕਿ ਮਾਫ਼ ਕਰਨਾ, ਹੁਣ ਮੈਂ ਇਸ ਟੈਲੀਵਿਜ਼ਨ ਦੇ ਉੱਤੇ ਲਫ਼ਜ਼ ਨਹੀਂ ਕਹਿਣਾ ਚਾਹੁੰਦਾ। ਸੋ ਅਸੀਂ ਕੀ ਵੇਖ ਰਹੇ ਹਾਂ ਕਿ ਹੁਣ ਇਹ ਸਭ
ਆਪ ਜੇ ਵੱਡੀ ਪਾਰਟੀ ਨਹੀਂ ਰਹੀ ਤਾਂ ਅਕਾਲੀ ਦਲ ਨੂੰ ਵਾਪਸ ਉਹ ਜਗ੍ਹਾ ਮਿਲ ਜਾਏਗੀ। ਸੋ ਉਸ ਇਹਦੀ ਨਿਮਰਤ ਇਹਦੀ ਰਿਸਪੋਂਸਿਬਿਲਿਟੀ ਕੋਈ ਉਹਨਾਂ ਦਿੱਲੀ ਵਾਲਿਆਂ ਦੇ ਵੀ ਬਣਦੀ ਆ ਨਾ ਕਿ ਆਪਣੇ MLAs ਨੂੰ ਇਸ ਲੈਵਲ ਤੱਕ ਕਿਉਂ ਜਾਣ ਦਿੱਤਾ, ਉਹਨਾਂ ਦਾ ਕੋਈ ਫਰਜ਼ ਨਹੀਂ ਸੀਗਾ। ਜੇ ਹੁਣ ਕੱਲ ਨੂੰ ਲੀਡਰ ਆਫ ਆਪੋਜੀਸ਼ਨ ਦਾ ਰੁਤਬਾ ਗਵਾਚਦਾ ਵਾ, ਇਹਨਾਂ ਦੀ ਬੇਵਕੂਫੀ ਕਰਕੇ ਗਵਾਚਣਾ, ਅਸੀਂ ਉਹੀ ਹੋ ਮੈਂ ਤੇ ਆ ਗਏ ਨਾ ਪੰਜਾਬ ਵਿੱਚ ਰਹੇ ਤੇ ਗੱਲ ਨਹੀਂ ਰਹੀ। ਹੁਣ ਅਸੀਂ ਤਾਂ ਇਹਨਾਂ ਵੱਲ ਪੂਰੀ ਕੋਸ਼ਿਸ਼ ਕੀਤੀ ਪਹਿਲਾਂ ਵੀ, ਹੁਣ ਦੱਸੋ ਹੁਣ ਕੀ ਕਰੀਏ। ਦੈਨ ਹੁਣ ਤੁਸੀਂ MLA ਤੋਂ ਰਿਜ਼ਾਈਨ ਕੀਤਾ ਸੀ ਤੁਸੀਂ, ਪਰ ਅੱਜ ਕੱਲ ਜੋ ਆਏ ਤੁਸੀਂ ਕਮੇਟੀਜ਼ ਵਾਪਸ ਆ ਗਏ ਹੋ। ਨਹੀਂ, ਕਮੇਟੀਜ਼ ਦੇ ਵਿੱਚ ਤਾਂ ਉਹਨਾਂ ਨੇ ਨੋਮੀਨੇਟ ਕਰਤਾ, ਪਤਾ ਨਹੀਂ ਕਿਉਂ ਸਾਡਾ ਜਿਹੜਾ ਸਪੀਕਰ ਦੇ ਕੋਲ ਆ ਰਿਹਾ ਕਿ ਵੀ ਨੋਮੀਨੇਸ਼ਨ ਹੈ ਤਾਂ ਇਹ ਸਭ ਦਿਖਾਵੇ ਲਈ ਪਿੱਛੋਂ ਸਭ ਕੁਝ ਨਹੀਂ। ਜਿਹੜੇ ਜਦੋਂ ਤੱਕ ਤੁਸੀਂ MLAs ਹੈ ਨਾ, ਉਦੋਂ ਨੂੰ ਸਪੀਕਰ ਨੇ 117 ਦੇ 117 ਸੌਰੀ ਮਿਨਿਸਟਰਸ ਨੂੰ ਛੱਡ ਕੇ ਸਾਰੇ MLAs ਨੂੰ ਕਿਸੇ ਨਾ ਕਿਸੇ ਕਮੇਟੀ ਵਿੱਚ ਨੋਮੀਨੇਟ ਕੀਤਾ ਹੋਣਾ। ਫੁਲਕਾ ਸਾਹਿਬ ਵੀ ਨੋਮੀਨੇਟਡ ਹੋਣਗੇ, ਚੈੱਕ ਕਰ ਲਿਓ ਤੁਸੀਂ, ਠੀਕ ਹੈ। ਉਹ ਲੇਕਿਨ ਜਿਹੜਾ ਹੁਣ ਸਾਡਾ ਰੈਜ਼ਿਗਨੇਸ਼ਨ ਹੈ, ਡਿਸਕੁਆਲੀਫਿਕੇਸ਼ਨ ਹੈ, ਉਹ ਤਾਂ ਸਪੀਕਰ ਨੇ ਫੈਸਲਾ ਲੈਣਾ ਨਾ। ਫੁਲਕਾ ਸਾਹਿਬ ਪਿਛਲੇ ਅਗਸਤ ਦੇ ਰਿਜ਼ਾਈਨ ਕੀਤੇ ਹੋਏ ਨੇ, ਇੱਕ ਸਾਲ ਦਾ ਤਕਰੀਬਨ ਟਾਈਮ ਹੋ ਚੱਲਿਆ। ਇਹ ਤਾਂ ਸਪੀਕਰ ਦਾ ਫੈਸਲਾ, ਹੁਣ ਅਸੀਂ ਸਪੀਕਰ ਦੇ ਕੁਰਸੀ 'ਤੇ ਬੈਠ ਕੇ ਮੈਂ ਤਾਂ ਫੈਸਲਾ ਕਰਨ ਰਿਹਾ, ਜੋ ਸਾਡਾ ਫਰਜ਼ ਬਣਦਾ ਸੀਗਾ ਰੈਜ਼ਿਗਨੇਸ਼ਨ ਦੇਣ ਦਾ ਅਸੀਂ ਦੇ ਚੁੱਕੇ ਹਾਂ। ਅਨਮੋਲ ਸਿੰਘ ਜੀ ਪੁੱਛਦੇ ਨੇ ਕਿ ਤੁਸੀਂ ਜੋ ਆਪਣੀ ਪਾਰਟੀ ਬਣਾਓਗੇ, ਕਿਸੇ ਹੋਰ ਸੱਜਣ ਨੇ ਪੁੱਛਿਆ ਸੀ ਕਿ ਗਰਾਊਂਡ ਲੈਵਲ ਤੇ ਤੁਸੀਂ ਕਿੱਦਾਂ ਜਦ ਤੱਕ ਕੰਮ ਨਹੀਂ ਕਰੋਗੇ ਉਦਾਂ ਉਹ ਤਾਂ ਪਾਰਟੀ ਪਾਰਟੀ ਕਿੱਦਾਂ ਬਣੇਗੀ। ਸੋ ਦੋਨੋਂ ਸਵਾਲ ਨਹੀਂ, ਮੈਂ ਇਹ ਦੂਜਾ ਸਵਾਲ ਵੀ ਖਤਮ ਕਰ ਲਾਂ ਕਿ ਜੇ ਤੁਸੀਂ ਆਪਣੀ ਹੁਣ ਨਵੀਂ ਪਾਰਟੀ ਬਣਾ ਰਹੇ ਹੋ ਕਿ ਨੌਜਵਾਨਾਂ ਨੂੰ ਮੌਕਾ ਮਿਲੇਗਾ? ਅਨਮੋਲ ਸਿੰਘ ਜੀ ਪੁੱਛ ਰਹੇ ਨੇ ਕਿ ਅਸੀਂ ਉਹੀ ਪੁਰਾਣੇ ਪੋਲੀਟੀਸ਼ੀਅਨ ਜੋ ਇੱਥੋਂ ਛੱਡੇ ਹੋਏ। ਦੇਖੋ, ਪਹਿਲੀ ਗੱਲ ਤਾਂ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ। ਅਸੀਂ ਜਿਹੜੀਆਂ ਤਿੰਨ ਪੋਲੀਟੀਕਲ ਪਾਰਟੀਜ਼ ਜਿਹੜੀਆਂ ਪੰਜਾਬ ਨਾਲ ਕਨੈਕਟਡ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਸੀ, ਜਿਹਦੇ 'ਚ ਬੈਂਸ ਬ੍ਰਦਰਸ, ਡਾਕਟਰ ਗਾਂਧੀ ਅਤੇ ਪੰਜਾਬ ਏਕਤਾ ਪਾਰਟੀ, ਇਹਨਾਂ ਨੂੰ ਮਰਜ ਕਰਕੇ ਇੱਕ ਝੰਡੇ ਦੇ ਥੱਲੇ ਲੈ ਕੇ ਆਉਣਾ ਚਾਹੁੰਦੇ। ਜਿਹੜੇ ਵੀ ਨੌਜਵਾਨ ਐਕਟਿਵਲੀ ਸਾਡੇ ਨਾਲ ਕਨੈਕਟ ਹੋਣਾ ਚਾਹੁੰਦੇ ਨੇ, ਸਾਡੇ ਨਾਲ ਬਹੁਤ ਸਾਰੇ ਨੌਜਵਾਨ ਕਨੈਕਟਡ ਨੇ। ਇਹ ਥੋੜ੍ਹਾ ਹੈਗਾ ਕਿ ਅਸੀਂ ਬਗੈਰ ਨੌਜਵਾਨਾਂ ਤੋਂ ਕੰਮ ਕਰੀ ਜਾਂਦੇ ਹਾਂ। ਅਸੀਂ ਨੌਜਵਾਨਾਂ ਨੂੰ ਪੂਰਾ ਖੁੱਲ੍ਹਾ ਸੱਦਾ ਵਾ ਕਿ ਤੁਸੀਂ ਆ ਕਾਂਗਰਸ ਅਤੇ ਅਕਾਲੀ ਦਲ ਕਰਪਟ ਪੋਲੀਟੀਕਲ ਪਾਰਟੀਜ਼ ਦੇਖ ਚੁੱਕੇ ਹੋ, ਸਾਨੂੰ ਜੁਆਇਨ ਕਰੋ, ਸਾਡੇ ਨਾਲ ਸੰਪਰਕ ਕਰੋ, ਸਾਨੂੰ ਥੋੜ੍ਹਾ ਜਿਹਾ ਆਪਣਾ ਹੋਮਵਰਕ ਕਰ ਲੈਣ ਦਿਓ, ਔਰ ਉਸ ਤੋਂ ਬਾਅਦ ਅਸੀਂ ਸਭ ਦਾ ਸਵਾਗਤ ਕਰਾਂਗੇ। ਸਾਰੇ ਅੱਛੇ ਪੜ੍ਹੇ ਲਿਖੇ ਵਰਗ ਦੇ ਲੋਕ ਸਾਡਾ ਸਾਥ ਦਿਓ, ਬਿਨਾਂ ਜਾਤ ਪਾਤ ਤੋਂ ਉੱਪਰ ਉੱਠ ਕੇ, ਬਿਕੋਜ਼ ਸਾਡੀ ਲੜਾਈ ਕਿਸੇ ਇੱਕ ਵਰਗ ਵਾਸਤੇ ਨਹੀਂ, ਸਾਡੀ ਲੜਾਈ ਇਸ ਦੇਸ਼ ਦੀ ਰਾਜਨੀਤੀ ਨੂੰ ਠੀਕ ਕਰਨ ਵਾਸਤੇ ਵੀ ਅਤੇ ਆਪਣੇ ਸੂਬੇ ਨੂੰ ਬਚਾਉਣ ਵਾਸਤੇ ਵੀ। ਆਈ ਥਿੰਕ ਤੁਸੀਂ ਅੱਧਾ ਘੰਟਾ ਦੱਸੀ, 45 ਮਿੰਟ ਹੋ ਚੱਲੇ ਨੇ। ਸੋ ਮੈਂ ਇੱਕ ਆਖਰੀ ਸਵਾਲ ਨਾਲ ਇਹਨੂੰ ਰੈਪ ਅਪ ਕਰਾਂਗੀ। ਇਹ TS ਬਰਾੜ ਜੀ ਦਾ ਵੀ ਸਵਾਲ ਹੈ ਅਤੇ ਕਿੱਥੇ ਮੇਰਾ ਸਵਾਲ ਵੀ ਹੈਗਾ ਕਿ ਤੁਸੀਂ ਪੰਜਾਬ ਅਤੇ ਪੰਜਾਬੀਅਤ ਦੇ ਹਮਦਰਦ ਹੋ, ਫਿਰ ਵੀ ਸਾਰੇ ਆਪਣੀ ਈਗੋ ਨੂੰ ਪਾਸੇ ਕਰਕੇ ਕਿਉਂ ਨਹੀਂ ਇਕੱਠੇ ਹੋ? ਬਰਾੜ ਸਾਹਿਬ, ਮੈਂ ਆਪਣੀ ਈਗੋ ਤਾਂ ਛੱਡ ਸਕਦਾ ਨਾ ਪਹਿਲਾਂ। ਸਭ ਤੋਂ ਪਹਿਲਾਂ ਮੈਂ ਸੋਚ ਇਹ ਕਿਹਾ ਵਾ ਕਿ ਜਿਹੜਾ ਅਸੀਂ ਹੁਣ ਯੂਨਿਟੀ ਦਾ ਐਫਰਟ ਕਰਾਂਗੇ ਉਹਦੇ 'ਚ ਮੈਂ ਕੋਈ ਅਹੁਦਾ ਨਹੀਂ ਲਊਂਗਾ। ਤੂੰ ਆਪਣੀ ਈਗੋ ਛੱਡ ਦਿੱਤੀ ਨਾ, ਅਸੀਂ ਕਿਸੇ ਨੂੰ ਵੀ ਪ੍ਰੈਜੀਡੈਂਟ ਮੰਨਣ ਨੂੰ ਤਿਆਰ ਹਾਂ। ਸਾਡੇ ਵੱਲੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ, ਸਾਡੇ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਵਾਲੇ ਆ ਜਾਣ ਸਾਡੇ ਨਾਲ, ਅਸੀਂ ਤਾਂ ਉਹਨਾਂ ਨੂੰ ਖੁੱਲ੍ਹਾ ਸੱਦਾ ਦੇਵਾਂਗੇ। ਹੋਰ ਇਸ ਤੋਂ ਜ਼ਿਆਦਾ ਈਗੋ ਕਿੱਦਾਂ ਛੱਡੀ ਹੈ ਦੱਸੋ? ਜੇ ਈਗੋ ਛੱਡਣੀ ਹੁੰਦੀ ਹੈ ਤਾਂ LOP ਪਿੱਛੇ ਕਿਸੇ ਨੂੰ ਵੀ ਐਕਸੈਪਟ ਕਰਨਾ ਠੀਕ ਹੁੰਦਾ, ਬਿਕੋਜ਼ ਅਸੀਂ ਜਾਂ ਤਾਂ ਲੀਡਰ ਆਫ ਜੇ ਆਪੋਜੀਸ਼ਨ ਪਾਰਟੀ ਹੈ ਉਹਦਾ ਖਿਤਾਬ ਗਵਾਉਂਦੇ ਹਾਂ। ਉਹ ਤਾਂ ਫਿਰ ਜਦੋਂ ਅਸੀਂ ਸਾਰੇ ਇਕੱਠੇ ਹੋਵਾਂਗੇ, ਅਗਰ ਸਾਰਿਆਂ ਨੇ ਕਨਸੈਂਸਸ ਨਾਲ ਕਿਹਾ ਕਿ ਫਲਾਨਾ ਆਦਮੀ ਲੀਡਰ ਆਫ ਆਪੋਜੀਸ਼ਨ ਹੋਣਾ ਚਾਹੀਦਾ, ਮੰਨ ਲਾਂਗੇ ਇਹਦੇ 'ਚ ਕੀ ਗੱਲ ਹੈ? ਕਨਸੈਂਸਸ ਸੀਮਾ ਜੀ ਇਕੱਠੇ ਹੋਣਗੇ ਅਗਰ ਉਹ ਸਾਰੇ ਕਹਿਣਗੇ ਤਾਂ। ਦੇਖੋ ਨਾ ਉਹਦੇ 'ਚ ਕਿਹੜੀਆਂ ਪਾਰਟੀਜ਼ ਕਿਹੜੀਆਂ ਇਨਵੋਲਵ ਆ, ਇਹ ਜਿਹੜੇ ਅਗਰ ਮਗਰ ਮੈਂ ਇਕੱਲਾ ਕਿੱਦਾਂ ਫੈਸਲਾ ਕਰ ਸਕਦਾ? ਆਫਟਰ ਆਲ ਆਈ ਐਮ ਗਵਰਨਡ ਬਾਈ ਪੰਜਾਬ ਡੈਮੋਕ੍ਰੈਟਿਕ ਅਲਾਇੰਸ। ਜੇ ਕੱਲ੍ਹ ਨੂੰ ਅੱਜ ਮੈਂ ਸਿੰਗੂਲਰਲੀ ਕੋਈ ਅਨਾਊਂਸਮੈਂਟ ਕਰਦਿਆਂ, ਫਿਰ ਉਹਨਾਂ ਨੇ ਕਹਿਣਾ ਸਾਨੂੰ ਪੁੱਛਿਆ ਕਿਉਂ ਨਹੀਂ ਤੁਸੀਂ? ਤਾਂ ਇੱਕ ਪਹਿਲਾ ਐਫਰਟ ਸਾਨੂੰ ਕਰ ਲੈਂਦੇ ਹੋ, ਜਿਹੜਾ ਅਸੀਂ ਆਪਣੀਆਂ ਤਿੰਨ ਲਾਈਕ ਮਾਈਂਡਡ ਪਾਰਟੀਜ਼ ਜਿਹਨਾਂ ਦਾ ਰਾਹ ਵੀ ਇੱਕ ਹੈ, ਜਿਹਨਾਂ ਦਾ ਟੀਚਾ ਵੀ ਇੱਕ ਹੈ, ਘੱਟੋ ਘੱਟ ਉਹਨਾਂ ਨੂੰ ਤਾਂ ਇੱਕ ਪਹਿਲਾਂ ਝੰਡੇ ਥੱਲੇ ਲਿਆਈਏ। ਜਦੋਂ ਉਹਨਾਂ ਨੂੰ ਲੈ ਆਵਾਂਗੇ, ਉਸ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਨਾਲ ਟਕਸਾਲੀ ਅਕਾਲੀ ਦਲ ਨਾਲ ਬੈਠ ਕੇ ਰੈਸ਼ਨਲ ਤਰੀਕੇ ਨਾਲ ਗੱਲ ਕਰਾਂਗੇ। ਬਾਕੀ ਉਹਨਾਂ ਦੀ ਮਰਜ਼ੀ ਹੈ ਕਿ ਕੀ ਕਰਨਾ ਉਹਨਾਂ ਨੇ। ਚਲੋ, ਥੈਂਕਸ ਫੋਰ ਸਾਡੇ ਨਾਲ ਜੁੜਨ ਲਈ, ਬਹੁਤ ਬਹੁਤ ਧੰਨਵਾਦ। ਇਟ ਵਾਸ ਅ ਵੈਰੀ ਇੰਟਰਸਟਿੰਗ ਇੰਟਰੈਕਸ਼ਨ ਐਂਡ ਆਈ ਐਮ ਸੋ ਹੈਪੀ ਵਿਦ ਦ ਕਮੈਂਟਸ ਦੈਟ ਕੇਮ। ਔਰ ਉਹ ਕਿੱਥੇ ਮੇਰਾ ਵੀ ਉਹੀਓ ਆ ਰਿਹਾ ਕਿ ਹਾਂ, ਵੀ ਵਾਂਟ ਲੀਡਰ ਜਿਹਨਾਂ ਵਿੱਚ ਹਿਊਮਿਲਿਟੀ ਹੋਵੇ, ਥੋੜ੍ਹੀ ਜਿਹੀ ਠਹਿਰਾਵ ਹੋਵੇ, ਥੋੜ੍ਹਾ ਪੰਜਾਬੀਅਤ ਲੈ ਕੇ ਆਉਣ, ਅਤੇ ਜਿਹੜੇ ਲੋਕਾਂ ਦੇ ਫਤਵੇ ਆ ਰਹੇ ਹੈ ਇਹਨਾਂ 'ਤੇ ਪਾਠ ਸਿੱਖਣ ਦੀ ਲੋੜ ਹੈਗੀ ਹੈ। ਬਿਕੋਜ਼ ਅਸੀਂ ਉਮੀਦ ਕਰਦੇ ਹਾਂ ਅਸੀਂ ਰਿਬੈਲ ਵਿਦਾਊਟ ਕੌਜ਼ ਜਿਹੜਾ ਅਸੀਂ ਤੁਹਾਨੂੰ ਖਿਤਾਬ ਦਿੱਤਾ ਅਸੀਂ ਉਹਨੂੰ ਹਟਾ ਸਕੀਏ। ਉਹ ਮੈਨੂੰ ਤੁਸੀਂ ਰਿਬੈਲ ਰਹਿਣ ਦਿਓ, ਬਿਕੋਜ਼ ਆਈ ਲਵ ਟੂ ਬੀ ਅ ਰਿਬੈਲ ਅੰਟਿਲ ਪੰਜਾਬ ਦੇ ਇਸ਼ੂ ਸੈਟਲ ਨਹੀਂ ਹੁੰਦੇ। ਮੇਰੀ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਕੁਛ ਨਾ ਕੁਛ ਅਸੀਂ ਪੰਜਾਬ ਦਾ ਸਵਾਰ ਨਹੀਂ ਸਕਦੇ। ਸੋ ਇਸ ਕਰਕੇ ਉਹ ਰੈਬਲ ਜਿਹੜਾ ਵਰਡ ਹੈ ਮਾੜਾ ਨਹੀਂ ਗਾ। ਬਾਗੀ ਜਿਹੜਾ ਨਾ, ਬਾਗੀ ਸ਼ਬਦ ਬਹੁਤ ਅੱਛਾ ਹੁੰਦਾ, ਉਹ ਕਈਆਂ ਨੂੰ ਬੜਾ ਮਾੜਾ ਲੱਗਦਾ ਹੋਊਗਾ, ਪੰਜਾਬੀਆਂ ਨੂੰ ਬਾਗੀ ਬਹੁਤ ਅੱਛਾ ਲੱਗਦਾ। ਅਸੀਂ ਬਾਗੀ ਰਹੇ ਹਾਂ ਸ਼ੁਰੂ ਤੋਂ, ਮੁਗਲਾਂ ਦੇ ਖਿਲਾਫ, ਅਬਦਾਲੀਆਂ ਦੁਰਾਨੀਆਂ ਦੇ ਖਿਲਾਫ, ਗੋਰਿਆਂ ਦੇ ਖਿਲਾਫ, ਹੁਣ ਕਾਲੇ ਅੰਗਰੇਜ਼ਾਂ ਦੇ ਖਿਲਾਫ ਸਾਡੀ ਲੜਾਈ ਚੱਲੀ ਜਾਂਦੀ ਹੈ। ਇਹ ਨਾ ਹੋਏ ਨਾ ਕਿ ਤੁਹਾਨੂੰ ਬਾਗੀ ਰਹਿੰਦੀ ਇੰਨੀ ਆਦਤ ਪੈ ਜਾਏ ਕਿ ਇਕੱਠੇ ਕੰਮ
ਐਂਡ ਤੁਹਾਡੇ ਸ਼ੋਅ ਲਈ ਮੈਂ ਵੀ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦਾ। ਮੇਰੇ ਖਿਆਲ ਆਪਾਂ ਬਹੁਤ ਸਾਰੇ ਸਵਾਲ ਲੈ ਨਹੀਂ ਸਕੇ। ਹਾਂਜੀ ਬਹੁਤ ਰਹਿ ਗਏ ਐਂਡ ਯੂ ਨੋ ਇਟਸ ਨਾਟ ਪੋਸੀਬਲ ਜਾਂ ਤਾਂ ਬਹੁਤ ਸ਼ਾਰਟ ਆਨਸਰਸ ਦਈਏ। ਹਾਂ ਨੈਕਸਟ ਟਾਈਮ ਇਸ ਨੂੰ ਆਪਾਂ ਇੰਪਰੂਵ ਕਰਦੇ ਹਾਂ। ਬਟ ਆਈ ਐਮ ਵੈਰੀ ਹੈਪੀ ਵਿਦ ਦ ਰਿਸਪੌਂਸ ਐਂਡ ਆਈ ਐਮ ਰੀਲੀ ਬਹੁਤ ਅੱਛਾ ਲੱਗਿਆ। ਥੈਂਕ ਯੂ ਸੋ ਮਚ ਫॉर एवरीबॉडी ਫॉर ਜੁਆਇਨਿੰਗ ਅਸ। ਸਾਰਿਆਂ ਦਾ ਸ਼ੁਕਰੀਆ ਜੀ।